Aggiungi se pam gur prasad ਸਵਾਰੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿੱਠੈ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਪਾਵਨ ਸ਼ਬਦ ਜੋ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਰਘਬੀਰ ਸਿੰਘ ਹੋਰਾਂ ਪਾਸੋਂ ਸਰਵਣ ਕੀਤਾ ਹੈ, ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ 207 ਅੰਗ 'ਤੇ ਦਰਜ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਇਹ ਸਾਡਾ ਸਿੱਖੀ ਦਾ ਮੂਲ ਮੰਤਰ ਹੈ ਕਿ ਸਾਡਾ ਗੁਰੂ
ਕੇਵਲ ਤੇ ਕੇਵਲ ਸ਼ਬਦ ਹੈ। ਜਿਹੜਾ ਸ਼ਬਦ ਹੈ ਉਹ ਸਾਡਾ ਗੁਰੂ ਹੈ। ਸਾਡਾ ਗੁਰੂ ਕੌਣ ਹੈ? ਸ਼ਬਦ। ਸ਼ਬਦ ਕੀ ਹੈ? ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜੱਗ ਬੌਰਾਣ। ਊੜਾ ਊਠ ਪੜਨ ਵਾਸਤੇ, ਕੱਕਾ ਕਬੂਤਰ ਪੜਨ ਵਾਸਤੇ, ਇਹ ਐਪਲ ਪੜਨ ਵਾਸਤੇ 2-3 ਸਾਲ ਦੇ ਬੱਚੇ ਤੋਂ ਲੈ ਕੇ ਹਰ ਮਾਂ ਬਾਪ ਅੱਜ ਇਸ ਦੁਨੀਆਂ ਵਿੱਚ ਪੁੱਠਾ ਲਟਕਿਆ ਹੋਇਆ ਹੈ ਕਿ ਮੇਰੇ ਬੱਚੇ ਨੂੰ ਇਹ ਸ਼ਬਦ ਪੜ੍ਹਨੇ ਆ ਜਾਣ, ਇਹ ਸ਼ਬਦ ਬੋਲਣੇ ਆ ਜਾਣ, ਇਹ ਸ਼ਬਦ ਲਿਖਣੇ ਆ ਜਾਣ। ਆਪਾਂ ਕਹਿੰਦੇ ਨਹੀਂ ਇਹਦੀ ਹੈਂਡ ਰਾਈਟਿੰਗ ਬਹੁਤ ਅੱਛੀ ਹੈ, ਇਹਦਾ ਉਚਾਰਨ ਬਹੁਤ ਅੱਛਾ ਹੈ, ਇਹ ਬੜੀ ਫਰਾਟੇਦਾਰ ਅੰਗਰੇਜ਼ੀ ਬੋਲਦਾ ਹੈ। ਔਰ ਜਿੰਨੇ ਅੱਖਰ ਤੁਸੀਂ ਵੱਧ ਬੋਲ ਸਕੋ ਉਹਦੇ 'ਤੇ ਵੱਧ ਪੈਸਿਆਂ ਵਾਲੀ ਨੌਕਰੀ ਵੀ ਮਿਲਦੀ ਹੈ। ਪਰ ਇਹ ਦੋਏ ਅੱਖਰ ਨਾ ਖਿਸੈ ਜੋ ਗਹਿ ਰਹੇ ਹੋ ਕਬੀਰ। ਭਗਤ ਕਬੀਰ ਕਹਿੰਦੇ ਭਾਈ ਮੈਂ ਵੀ ਦੋ ਅੱਖਰ ਸਿੱਖੇ ਨੇ ਪਰ ਇਹ ਕਦੇ ਖਿਸਣਗੇ ਨਹੀਂ, ਖਤਮ ਨਹੀਂ ਹੋਣਗੇ, ਗਵਾਚਣਗੇ ਨਹੀਂ। ਅਸੀਂ ਬੱਚੇ ਨੂੰ ਸੁੱਖ ਦੇਣ ਵਾਸਤੇ ਪੜ੍ਹਾਈ ਕਰਾਈ ਅਤੇ ਪੜ੍ਹ ਲਿਖ ਕੇ ਬੱਚੇ ਨੇ ਪੈਸੇ ਕਮਾਏ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆ ਕੇ ਹੱਥ ਜੋੜੇ ਕਿ ਮਹਾਰਾਜ ਸੁੱਖ ਦੇ ਦਿਓ। ਮੈਨੂੰ ਇੰਨੀ ਕੀ ਗੱਲ ਸਮਝ ਆਈ ਹੈ ਕਿ ਗੁਰੂ ਤੁਹਾਡਾ ਅੰਗਰੇਜ਼ੀ ਦੇ, ਸਪੈਨਿਸ਼ ਦੇ, ਚਾਈਨੀਜ਼ ਦੇ, ਜਰਮਨ ਦੇ ਕਿਸੇ ਭਾਸ਼ਾ ਦੇ ਵਿਰੁੱਧ ਨਹੀਂ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਅਰਬੀ, ਫਾਰਸੀ, ਪਾਲੀ, ਸੰਸਕ੍ਰਿਤ, ਕਿਹੜੀ ਭਾਸ਼ਾ ਦਾ ਗੁਰੂ ਮਹਾਰਾਜ ਦੀ ਬਾਣੀ ਵਿੱਚ ਪ੍ਰਯੋਗ ਨਹੀਂ ਕੀਤਾ ਗਿਆ? ਕੋਈ ਹੈ ਭਾਸ਼ਾ? ਕੋਈ ਗੁਰੂ ਜੀ ਕਿਸੇ ਦੀ ਬੋਲੀ ਦੇ ਵਿਰੁੱਧ ਨਹੀਂ ਹੈ। ਗੁਰੂ ਪਿਤਾ ਜੀ ਸਾਨੂੰ ਇੱਕੋ ਹੀ ਹੁਕਮ ਕਰਦੇ ਨੇ ਕਿ ਤੂੰ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ। ਅੱਜ ਦਾ ਜਿਹੜਾ ਸ਼ਬਦ ਹੈ ਗੌੜੀ ਮਹਲਾ ਪੰਜਵਾਂ, ਖੌ ਤਾਂ ਕਹਿ ਬਲਿਹਾਰੀ,
ਜਾਂ ਕਹਿ ਕੇਵਲ ਨਾਮ ਆਧਾਰੀ ਰਹਾਉ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਵਾਰਨੇ ਜਾਣਾ, ਬਲਹਾਰਨੇ ਜਾਣਾ, ਮੈਂ ਉਹਨਾਂ ਤੋਂ ਆਪਾ ਨਿਸ਼ਾਵਰ ਕਰਦਾ ਜਿਨ੍ਹਾਂ ਦੇ ਜੀਵਨ ਦਾ ਆਧਾਰ ਕੇਵਲ ਅਤੇ ਕੇਵਲ ਪਰਮਾਤਮਾ ਹੈ। ਇਹ ਤੁਸੀਂ ਫੈਸਲਾ ਕਰ ਲਓ, ਤੁਸੀਂ ਆਪਣੇ ਘਰ ਬੈਠ ਕੇ ਸੋਚ ਲਓ ਕਿ ਕੀ ਤੁਸੀਂ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਮੰਨਦੇ ਹੋ, ਕਿ ਤੁਸੀਂ ਸਿਰਫ ਪਰਮਾਤਮਾ ਕਰਕੇ ਜਿਉਂਦੇ ਹੋ, ਤੁਹਾਡੀ ਇੱਜ਼ਤ ਪਰਮਾਤਮਾ ਕਰਕੇ ਹੈ, ਤੁਹਾਡਾ ਨਾਮ ਪਰਮਾਤਮਾ ਕਰਕੇ ਹੈ, ਤੁਹਾਡੀ ਤੰਦਰੁਸਤੀ, ਤੁਹਾਡੀ ਸ਼ਾਨੋ ਸ਼ੌਕਤ, ਤੁਹਾਡੀ ਮਾਣ ਪਦਵੀ, ਤੁਹਾਡੀ ਮਾਣ ਪ੍ਰਤਿਸ਼ਠਾ ਸਭ ਵਾਹਿਗੁਰੂ ਕਰਕੇ ਹੈ। ਬਸ ਇੰਨੀ ਗੱਲ ਹੈ। ਇੱਕ ਵਾਰੀ ਇਹ ਗੱਲ ਮੈਂ ਆਪਣੇ ਰਿਸ਼ਤੇਦਾਰੀ ਵਿੱਚ ਸੁਣੀ ਕਿ ਉਹ ਵੀਰ ਕਹਿ ਰਿਹਾ ਕਿ ਮੈਂ ਜਦੋਂ ਵੀ ਕੁਝ ਲੈ ਕੇ ਆਉਂਦਾ ਤਾਂ ਮੈਂ ਆਪਣੀ ਮਾਂ ਨੂੰ ਦਿੰਦਾ ਅਤੇ ਮੈਂ ਆਪਣੇ ਬੱਚਿਆਂ ਨੂੰ ਇੱਕ ਗੱਲ ਦੱਸ ਦਿੱਤੀ ਹੈ ਵੀ ਤੁਹਾਨੂੰ ਜੋ ਕੁਝ ਮਿਲਣਾ ਦਾਦੀ ਮਾਂ ਤੋਂ ਮਿਲਣਾ। ਫਿਰ ਕੀ ਹੁੰਦਾ, ਬੱਚੇ ਦਾਦੀ ਤੋਂ ਟੱਪ ਟੱਪ ਕੇ, ਦਾਦੀ ਨੂੰ ਜਫੀਆਂ ਪਾ ਪਾ ਕੇ, ਦਾਦੀ ਨੂੰ ਪਿਆਰ ਕਰ ਕਰਕੇ ਉਹ ਦਾਦੀ ਤੋਂ ਚੀਜ਼ਾਂ ਲੈਂਦੇ ਨੇ, ਦਾਦੀ ਨੂੰ ਵੀ ਚੰਗਾ ਲੱਗਦਾ। ਇੱਕ ਹੁਣ ਮੈਂ 10 ਤਰੀਕ ਜਲੰਧਰ ਗਿਆ, ਮੇਰੇ ਮਿੱਤਰ ਆਏ ਅਮੈਰੀਕਾ ਤੋਂ, ਉਹਨਾਂ ਦੇ ਮੈਂ ਘਰ ਗਿਆ। ਮੈਂ ਉਹਨਾਂ ਦੇ ਬਜ਼ੁਰਗਾਂ ਦੀ ਜੋ ਇੱਜ਼ਤ ਵੇਖੀ ਘਰ ਵਿੱਚ, ਅਰਬ ਖਰਪਤੀ ਉਹ ਮੇਰਾ ਮਿੱਤਰ ਹੈ, ਆਪਣੀ ਮਰਜ਼ੀ ਨਾਲ ਉਸਨੇ ਕੰਪਨੀ ਤੋਂ ਜਿਹੜੀ ਰੋਲ ਰੋਇਜ਼ ਕਾਰ ਹੈ ਉਹ ਤਿਆਰ ਕਰਵਾਈ ਹੈ। ਉਹ ਕਹਿੰਦਾ ਮੈਂ ਬੱਚਿਆਂ ਨੂੰ ਇੱਕ ਗੱਲ ਸਮਝਾਈ ਹੈ ਵੀ ਜਦੋਂ ਇੰਡੀਆ ਜਾਣਾ ਹੈ ਨਾ ਅਤੇ ਤੁਹਾਨੂੰ ਉਹ ਮਿਲਣਾ ਜੋ ਤੁਹਾਡੇ ਦਾਦਾ ਜੀ ਤੁਹਾਨੂੰ ਦੇਣਗੇ। ਘਰ ਵਿੱਚ ਬਜ਼ੁਰਗ ਤੁਹਾਡੇ ਤੋਂ ਮੰਗਦਾ ਕੀ ਹੈ? ਹੁਣ ਮੰਨ ਲਓ ਕਿ ਮੈਂ 4 ਸਮੋਸੇ ਲਿਆਂਦੇ, ਮੈਂ ਆਪਣੀ ਮਾਂ ਨੂੰ ਦੇ ਤੇ, ਬੱਚਿਆਂ ਨੂੰ ਕਹਿ ਤਾ ਵੀ ਜਾ ਕੇ ਦਾਦੀ ਤੋਂ ਲੈ ਲਓ, ਤੁਸੀਂ ਕੀ ਸੋਚਦੇ ਵੀ ਇੱਕ ਸਮੋਸਾ ਦਾਦੀ ਖਾ ਜੂਗੀ? ਸਾਨੂੰ ਤਾਂ ਇੱਦਾਂ ਲੱਗਦਾ ਵੀ ਜੇ ਅਸੀਂ ਕਹੀਏ ਵੀ ਰੱਬ ਨੇ ਦਿੱਤਾ ਤਾਂ ਰੱਬ ਵਿੱਚੋਂ ਹਿੱਸਾ ਮੰਗ ਲਏਗਾ। ਪਰ ਇਹ ਹੇਰਾ ਫੇਰੀਆਂ ਅਸੀਂ ਕੀਤੀਆਂ ਨੇ। ਜੇ ਕਿਸੇ ਨੇ ਕਿਹਾ ਵੀ ਭਾਈ ਪਹਿਲਾਂ ਰੱਬ ਦੇ ਨੂੰ ਦਿਓ, ਤਾਂ ਮੇਰੇ ਵਰਗੇ ਨੇ ਕੀ ਕੀਤਾ ਵੀ ਪੈਸੇ ਤਾਂ ਸੁੱਟਣੇ ਸ਼ੁਰੂ ਕਰਤੇ ਵੀ ਰੱਬਾ ਜਿਹੜੇ ਤੇਰੇ ਤੂੰ ਲੈ ਲਾ, ਬਾਕੀ ਜਿਹੜੇ ਥੱਲੇ ਆਉਣਗੇ ਮੇਰੇ ਹੀ ਨੇ। ਪਰਮਾਤਮਾ ਦੇਣ ਵਾਲੇ ਨੂੰ ਕਹਿੰਦੇ ਨੇ, ਲੈਣ ਵਾਲੇ ਨੂੰ ਨਹੀਂ ਕਹਿੰਦੇ। ਜਾਂ ਤਾਂ ਵੇਖੋ ਸਾਨੂੰ ਕਿਸੇ ਨੇ ਰੱਬ ਬਾਰੇ ਗਲਤ ਪੜ੍ਹਾਤਾ ਹੈ, ਅਤੇ ਜਾਂ ਸਾਡੀ ਬਦਕਿਸਮਤੀ ਹੈ ਵੀ ਅਸੀਂ ਰੱਬ ਬਾਰੇ ਗਲਤ ਪੜ੍ਹ ਲਿਆ। ਜਿਵੇਂ ਜਾਂ ਸਾਡੀ ਬਦਕਿਸਮਤੀ ਹੁੰਦੀ ਅਸੀਂ ਮਾਂ ਬਾਪ ਬਾਰੇ ਗਲਤ ਸਮਝ ਲੈਂਦੇ ਹਾਂ,
ਤੇ ਜਾਂ ਸਾਨੂੰ ਕਿਸੇ ਨੇ ਗਲਤ ਸਮਝਾ ਦਿੱਤਾ ਹੈ ਮਾਂ ਬਾਪ ਦੇ ਪ੍ਰਤੀ। ਮੈਂ ਤਾਂ ਇੱਥੇ ਬੈਠ ਕੇ ਬੇਨਤੀ ਕਰਦਾ, ਵੇਖੋ ਮੈਂ ਇਹ ਚੀਜ਼ ਗਵਾਈ ਹੈ, ਮੈਂ ਆਪਣੇ ਮਾਂ ਪਿਓ ਗਵਾਏ ਨੇ। ਮੈਨੂੰ ਇੱਦਾਂ ਲੱਗਦਾ ਸੀ ਵੀ ਉਹਨਾਂ ਨੂੰ ਸਿਰਫ ਚੀਜ਼ਾਂ ਚਾਹੀਦੀਆਂ ਨੇ, ਜੇਬ ਖਰਚਾ ਦੇ ਦਿਓ, ਚੱਪਲਾਂ ਲੈ ਦਿਓ, ਜੁੱਤੀ ਦੇ ਦਿਓ, ਬੈਗ ਦੇ ਦਿਓ, ਕੱਪੜੇ ਦੇ ਦਿਓ, ਖਰਚਾ ਦੇ ਦਿਓ। ਪਰ ਗਵਾਉਣ ਤੋਂ ਬਾਅਦ ਪਤਾ ਲੱਗਿਆ ਵੀ ਨਹੀਂ, ਹੁਣ ਕਈ ਵਾਰੀ ਰੋ ਵੀ ਪੈਂਦਾ ਹੈ ਜਦੋਂ ਕੋਈ ਬਜ਼ੁਰਗ ਮਾਂ ਨੂੰ ਇੱਥੇ ਲੈ ਕੇ ਆਉਂਦਾ, ਚੁੱਕ ਕੇ ਵੀ ਲੈ ਕੇ ਆਉਂਦਾ ਹੈ, ਤਾਂ ਉਦੋਂ ਕਈ ਵਾਰੀ ਮਨ 'ਚੋਂ ਨਿਕਲਦੀ ਵੀ ਰੱਬਾ ਇੱਦਾਂ ਦੀ ਮਾਂ ਸਾਨੂੰ ਵੀ ਦੇ ਦਿਓ, ਅਸੀਂ ਵੀ ਚੁੱਕ ਲਿਆਉਂਦੇ। ਅਤੇ ਮੈਂ ਸਭ ਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਆਪਣੀ ਮਾਂ ਗੁਰਦੁਆਰੇ ਲਿਆਓ ਅਤੇ ਉਹਦੇ ਕੰਨ ਉਹਦੇ ਲਾਗੇ ਨਾ ਕੰਨ ਕਰਕੇ ਸੁਣਿਓ, ਬੋਲਿਓ, ਸੁਣਿਓ ਤਾਂ ਸਹੀ ਵੀ ਬੋਲਦੀ ਕੀ ਹੈ। ਜਿਹਦੇ ਮੂੰਹ 'ਚ ਦੰਦ ਕੋਈ ਨਹੀਂ ਹੈ, ਜਿਹਦੇ ਸਰੀਰ ਦੀ ਹੱਡੀਆਂ ਸਿੱਧੀਆਂ ਨਹੀਂ ਹੈ, ਉਹ ਅਜੇ ਵੀ ਕਹੀ ਜਾਂਦੀ ਹੈ ਕਿ ਰੱਬਾ ਜੇ ਤੂੰ ਮੇਰੀ ਗੱਲ ਸੁਣਦਾ, ਦੁਨੀਆ ਦੇ ਤਮਾਮ ਸੁੱਖ ਮੇਰੇ ਬੱਚਿਆਂ ਨੂੰ ਦੇ ਦੇ। ਤਾਂ ਅਸੀਂ ਉਸ ਮਾਂ ਬਾਪ ਨੂੰ ਵੀ ਘਰੋਂ ਕੱਢ ਕੇ ਬੈਠੇ ਹਾਂ। ਇਹੀ ਹਾਲਤ ਪਰਮੇਸ਼ਰ ਦੀ ਹੈ, ਜਿਸ ਪਰਮੇਸ਼ਰ ਨੇ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਣ ਆਖੇ ਸਭ ਜਾਏ। ਅੱਜ ਉਸ ਰੱਬ ਨੂੰ ਛੱਡ ਕੇ ਕੋਈ ਮੜੀ 'ਤੇ ਬੈਠਾ ਹੈ, ਕੋਈ ਮਸਾਣੀ 'ਤੇ ਬੈਠਾ ਹੈ, ਕੋਈ ਮਟੀ 'ਤੇ ਬੈਠਾ ਹੈ, ਕੋਈ ਕਬਰ 'ਤੇ ਬੈਠਾ ਹੈ, ਕੋਈ ਝੰਡੀਆਂ ਦੀ ਪੂਜਾ, ਕੋਈ ਪਿੱਪਲਾਂ ਦੀ ਪੂਜਾ, ਕੋਈ ਕਿੱਕਰਾਂ ਦੀ ਪੂਜਾ। ਹੁਣ ਤੁਸੀਂ ਵੇਖਿਆ ਪੰਜਾਬ ਦੇ ਵਿੱਚ ਇਹ ਜੀ ਪੀਰ ਨੇ, ਪੀਰ ਤਾਂ ਭਾਈ ਸਾਈ ਮੀਆਂ ਮੀਰ ਵਰਗੇ ਹੋਏ ਨੇ, ਪੀਰ ਤਾਂ ਬੁੱਧੂ ਸ਼ਾਹ ਵਰਗੇ ਹੋਏ ਨੇ, ਸੁਲਫੇ ਪੀਣ ਵਾਲੇ, ਹੁੱਕੇ ਪੀਣ ਵਾਲੇ, ਚਾਰ ਚਾਰ ਪੰਜ ਪੰਜ ਛੇ ਛੇ ਬੋਤਲਾਂ ਸ਼ਰਾਬ ਦੀਆਂ ਤੁਹਾਡੇ ਸਾਹਮਣੇ ਵੀਡੀਓ 'ਤੇ ਪੀ ਰਿਹਾ, ਕਹਿੰਦੇ ਜੀ ਅਜੇ ਵੀ ਪੀਰ ਹੈ। ਅਤੇ ਜੇ ਇਹ ਪੀਰ ਹੈ ਤਾਂ ਸ਼ੈਤਾਨ ਕਿਹਨੂੰ ਕਹਿੰਦੇ ਨੇ ਭਾਈ? ਸਾਨੂੰ ਨਹੀਂ ਗੱਲ ਸਮਝ ਆ ਰਹੀ। ਸਾਨੂੰ ਜਦੋਂ ਗੁਰੂ ਨੇ ਸਮਝਾਇਆ ਵੀ ਤੁਸੀਂ ਰੱਬ ਦੀ ਪੂਜਾ ਕਰਨੀ ਹੈ, ਅਤੇ ਨਾਲ ਸਾਨੂੰ ਇਹ ਵੀ ਦੱਸਿਆ ਕਿ ਰੱਬ ਹੈ ਕੌਣ ਹੈ, ਪਤਾ ਕਰੋ। ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਮੈਂ ਜਦੋਂ ਇਹ ਗੱਲ ਕਹੀ ਨਾ ਵੀ ਜੇ ਕਿਸੇ ਦੇ ਘਰ ਜਾਓ ਅਤੇ ਪੁੱਛੋ ਵੀ ਇਹ ਫੋਟੋ, ਕਹਿੰਦੇ ਜੀ ਸਾਡੇ ਬਾਬਾ ਜੀ ਦੀ ਹੈ, ਇਹ ਬਾਬਾ ਜੀ ਦੀ ਸਾਡੇ 'ਤੇ ਬੜੀ ਕਿਰਪਾ ਹੈ। ਪੁੱਛੋ ਵੀ ਬਾਬਾ ਜੀ ਹੈਗੇ ਨੇ? ਅਸੀਂ ਨਹੀਂ, ਬਾਬਾ ਜੀ ਤਾਂ ਹੁਣ ਨਹੀਂ ਹੈਗੇ। ਕਿੰਨੀ ਉਮਰ ਸੀ ਬਾਬਾ ਜੀ ਦੀ? ਬਾਬਾ ਜੀ ਦੀ ਉਮਰ 70 ਸਾਲ ਸੀ। ਪੁੱਛੋ 70 ਸਾਲ ਤੋਂ ਪਹਿਲਾਂ ਤੁਹਾਡੇ ਘਰ 'ਤੇ ਕਿਹਦੀ ਕਿਰਪਾ ਸੀ? ਉਹ ਕਈਆਂ ਨੂੰ ਮਿਰਚਾਂ ਵੀ ਲੱਗੀਆਂ, ਕਈਆਂ ਨੂੰ ਮਤਲਬ ਹੁੰਦਾ ਹੀ ਹੈ ਜੋ ਕਿਸੇ ਦੇ ਕਿਤੇ ਧਿਆਨ ਟਿਕਿਆ ਹੋਵੇ। ਮੇਰਾ ਬੇਨਤੀ ਕਰਨ ਦਾ ਇਹ ਭਾਵ ਨਹੀਂ ਹੈ ਕਿ ਤੁਸੀਂ ਘਰ 'ਚ ਫੋਟੋ ਕਿਉਂ ਲਾਈ ਹੈ। ਅਗਰ ਕੋਈ ਵਿਅਕਤੀ ਜਿਹਨੇ ਤੁਹਾਨੂੰ ਮੱਤ ਦਿੱਤੀ, ਸੁਮੱਤ ਦਿੱਤੀ, ਮਾਰਗ ਦਰਸ਼ਨ ਦਿੱਤਾ, ਜਿਹਨੇ ਤੁਹਾਨੂੰ ਚੰਗੇ ਰਸਤੇ ਪਾਏ ਹੈ,
ਜਿਹਨੇ ਚੰਗੀਆਂ ਆਦਤਾਂ, ਚੰਗੀਆਂ ਗੱਲਾਂ, ਚੰਗੇ ਕੰਮ, ਚੰਗੇ ਗੁਣ ਸਿਖਾਏ ਨੇ, ਉਹ ਤੁਹਾਡੇ ਵਾਸਤੇ ਬੜਾ ਆਦਰ ਸਤਿਕਾਰਯੋਗ ਹੈ। ਤੁਸੀਂ ਉਹਦੀ ਤਸਵੀਰ ਲਾਓ, ਲੱਖ ਵਾਰੀ ਲਾਓ, ਪਰ ਆਪਾਂ ਇਹ ਕਿਵੇਂ ਕਹਿ ਦਿੰਦੇ ਹਾਂ ਵੀ ਇਹਨਾਂ ਦੀ ਕਿਰਪਾ ਸਾਡੇ 'ਤੇ ਹੈ ਜੀ। ਇੰਨੀ ਗੱਲ ਤਾਂ ਮੇਰੇ ਗੁਰੂ ਨੇ ਵੀ ਨਹੀਂ ਕਹੀ। ਹੁਣ ਜਪਜੀ ਸਾਹਿਬ ਦਾ 1.25 ਲੱਖ ਪਾਠ ਹੋ ਗਿਆ, 1.5 ਲੱਖ ਹੋ ਗਿਆ, ਸਾਡੇ 'ਚ ਇੱਦਾਂ ਦੇ ਵੀ ਤਾਂ ਬੰਦੇ ਤੁਰੇ ਫਿਰਦੇ ਨੇ। ਜਪਜੀ ਸਾਹਿਬ ਸਮਝਾਉਣ ਦੀ ਥਾਂ 'ਤੇ ਉਹਨਾਂ ਨੇ ਜਪਜੀ ਸਾਹਿਬ ਦਾ ਮੰਤਰ ਜਾਪ ਸ਼ੁਰੂ ਕਰਾਤਾ। ਜੇ ਜਪਜੀ ਸਾਹਿਬ ਦੀ ਸਾਨੂੰ ਸਮਝ ਆ ਜਾਏ ਤਾਂ ਅਸੀਂ ਸਮਝ ਲਈਏ ਕਿ ਗੁਰਾ ਇੱਕ ਦੇ ਬੁਝਾਈ। ਮਹਾਰਾਜ ਮੈਨੂੰ ਇੱਕ ਗੱਲ ਸਮਝਾ ਦਿਓ, ਬੁਝਾ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਜਦੋਂ ਗੁਰੂ ਜੀ ਸਮਝਾਉਂਦੇ ਉਹ ਵੀ ਇਹੀ ਕਹਿੰਦੇ ਨੇ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਪਤਾ ਕਰ ਤੈਨੂੰ ਪੈਦਾ ਕਿਹਨੇ ਕੀਤਾ। ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਅਤੇ ਕਵਣ ਦ੍ਰਿਸ਼ਟਾਨੀ। ਬੰਦਿਆ ਰੱਬ ਦੇ ਗੁਣ ਚੇਤੇ ਕਰ, ਉਹਦੇ ਉਪਕਾਰ ਚੇਤੇ ਕਰ, ਰੱਬ ਦੇ ਪਰ ਉਪਕਾਰ ਚੇਤੇ ਕਰ। ਕੀ ਤੈਨੂੰ ਪਤਾ ਹੈ ਕਿ ਕਵਣ ਮੂਲ, ਤੇਰਾ ਮੂਲ ਕੀ ਹੈ, ਅਤੇ ਕਵਣ ਦ੍ਰਿਸ਼ਟਾਨੀ, ਬੱਚਾ ਜੰਮਿਆ ਅਤੇ ਹੱਥੋਂ ਹੱਥ ਨਚਾਈ ਹੈ ਵਣਜਾਰਿਆ ਮਿੱਤਰਾ। ਦਾਦੀ ਕਹਿੰਦੀ ਮੈਨੂੰ ਦੇ ਦਿਓ, ਨਾਨੀ ਕਹਿੰਦੀ ਮੈਨੂੰ ਦੇ ਦਿਓ, ਭੂਆ ਕਹਿੰਦੀ ਇਹ ਤਾਂ ਭਤੀਜਾ ਹੀ ਮੇਰਾ, ਜੰਮਣ ਵਾਲੀ ਮਾਂ ਕਹਿੰਦੀ ਵੀ ਮੈਨੂੰ ਵਾਪਸ ਤਾਂ ਕਰੋ, ਮੇਰੇ ਪੁੱਤ ਨੂੰ ਭੁੱਖ ਲੱਗੀ ਹੋਣੀ ਹੈ। ਦਾਦਾ ਆਪਣੀ ਜਗ੍ਹਾ ਬੜਕਾ ਮਾਰਦਾ ਫਿਰਦਾ ਵੀ ਪੋਤਰਾ ਆ ਗਿਆ ਘਰ 'ਚ, ਪਰ ਆਇਆ ਕਿੱਥੋਂ ਹੈ? ਕਵਣ ਮੂਲ, ਉਹਦਾ ਮੂਲ ਕੀ ਹੈ? ਮੂਲ ਉਹਦਾ ਹੈ ਹਵਾ, ਮੂਲ ਉਹਦਾ ਹੈ ਪਾਣੀ, ਮੂਲ ਉਹਦਾ ਹੈ ਮਿੱਟੀ, ਮੂਲ ਉਹਦਾ ਹੈ ਅਗਨੀ। ਹੁਣ ਇਹ 4-5 ਚੀਜ਼ਾਂ ਤੁਸੀਂ ਰੱਖ ਦਿਓ ਇੱਕ ਥਾਲੀ 'ਚ ਅਤੇ ਕਹੋ ਪਰਮਾਤਮਾ ਕਿਸੇ ਨੂੰ ਕਿਹਾ ਬੱਚਾ ਪੈਦਾ ਕਰ ਦਿਓ ਜੀ। ਅਸੀਂ 5 ਤੱਤਾਂ ਤੋਂ ਬਣੇ ਹਾਂ, ਕੋਈ ਬਣਾ ਸਕਦਾ? ਲਿਓ ਜਿਹਦੀ ਤੁਸੀਂ ਪੂਜਾ ਕਰਦੇ ਹੋ ਜਾਂ ਜਿਹਦੀ ਕਰਨੀ ਚਾਹੁੰਦੇ ਹੋ, ਕੋਈ ਹੈ? ਕੋਈ ਤੁਹਾਡੇ ਧਿਆਨ ਵਿੱਚ ਹੋਵੇ, ਤੁਹਾਡੀ ਸਮਝ ਵਿੱਚ ਹੋਵੇ, ਤੁਹਾਡੇ ਕਿਤੇ ਅਕਲ ਦੇ ਖਾਨੇ 'ਚ ਟਿਕਿਆ ਹੋਵੇ, ਤਾਂ ਪਤਾ ਤਾਂ ਕਰੋ ਵੀ ਕੋਈ ਹੈ ਐਸਾ ਭਾਈ। ਮਹਾਰਾਜ ਕਹਿੰਦੇ ਨੇ ਕਬੀਰ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ। ਧੂੜ ਇਕੱਠੀ ਕਰਕੇ ਨਾ ਰੱਬ ਨੇ ਇੱਕ ਪੁੜੀ ਬੱਧੀ ਹੈ, ਉਹਨੂੰ ਬੰਦਾ ਕਹਿੰਦੇ ਨੇ। ਅਤੇ 4 ਦਿਵਸ ਕੋ ਪੇਖਣਾ, 4 ਦਿਨਾਂ ਦਾ ਇਹਨੇ ਆ ਜਗਤ ਤਮਾਸ਼ਾ ਵੇਖਣਾ ਹੈ। ਅੰਤ ਖੇ ਕੀ ਖੇ, ਮਿੱਟੀ ਨੇ ਮਿੱਟੀ ਹੋ ਜਾਣਾ। ਅਤੇ ਇੰਨੇ ਵਿੱਚ ਹੀ ਰੱਬ ਦੇ ਇੰਨੇ ਸ਼ਰੀਕ ਬੰਦਿਆਂ ਤੂੰ ਪੈਦਾ ਕਰ ਦਿੱਤੇ ਨੇ ਕਿ ਉਹ ਬੰਦੇ ਰੱਬ ਨੂੰ ਹੀ, ਮਤਲਬ ਉਹਦੀ ਰੱਬ ਦੀ ਹੋਂਦ ਤੋਂ ਹੀ ਮੁਨਕਰ ਨੇ। ਫਿਰ ਸਾਡੀ ਕੌਮ ਦਾ ਤਾਂ ਬਿਲਕੁਲ ਹੀ ਮੈਂ ਸਮਝਦਾ ਵੀ ਹਾਲ ਠੀਕ ਨਹੀਂ ਹੈਗਾ।
ਇੱਕ ਸਾਧੂ ਹੈ, ਪੀਲੇ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰਾ, ਉਹਨੇ ਚੰਦਨ ਆਪਣੇ ਮੂੰਹ 'ਤੇ ਵੀ ਲਾਇਆ ਹੁੰਦਾ, ਸਿਰ 'ਤੇ ਉਹਨੇ ਉਹ ਆਪਣੇ ਜੂੜਾ ਜਿਹਾ ਕੀਤਾ ਹੁੰਦਾ। ਹੁਣ ਸਾਡੇ ਬੰਦੇ ਜਾਂਦੇ ਨੇ, ਜਾ ਕੇ ਪੈਰਾਂ 'ਚ ਬਹਿ ਜਾਂਦੇ ਨੇ, ਉਹ ਜਕਾਰਾ ਛੱਡ ਦਿੰਦਾ। ਪਰ ਮੈਂ ਕੱਲ੍ਹ ਵੀਕੋ ਦੀ ਵੀਡੀਓ ਵੇਖ ਰਿਹਾ ਸੀ ਕਿ ਉਹ ਦੋ ਬੰਦਿਆਂ ਦੇ ਪੈਰਾਂ 'ਚ ਬੈਠਾ, ਉਹਦੀਆਂ ਗੱਲਾਂ ਪੁੱਟੀ ਜਾਂਦੇ ਨੇ ਬਾਬੇ ਦੀਆਂ। ਤੁਹਾਨੂੰ ਖਾਲਸੇ ਬਣਾਇਆ ਸੀ, ਕਦੇ ਮਾਸਟਰ ਤਾਰਾ ਸਿੰਘ ਦੱਸਦਾ ਹੈ ਕਿ ਮੈਂ ਯੂਪੀ ਵਿੱਚ ਗਿਆ, ਜਿੱਥੇ ਡੇਰੇ 'ਤੇ ਜਾਣਾ ਸੀ ਉਹ ਖੇਤਾਂ ਵਿੱਚ ਸੀ, ਅਤੇ ਤੁਰ ਕੇ ਜਾਣਾ ਸੀ। ਕਹਿੰਦੇ ਇੱਕ ਬੰਦਾ ਦੂਰੋਂ ਭੱਜਾ ਆਉਂਦਾ, ਆਵਾਜ਼ਾਂ ਮਾਰਦਾ, ਆ ਕੇ ਮੇਰੇ ਪੈਰਾਂ 'ਤੇ ਡਿੱਗ ਪੈਂਦਾ, ਉਠਾਇਆ ਤੋ ਕਹਿੰਦਾ ਵੀ ਤੂੰ ਹੀ ਗੁਰੂ ਨਾਨਕ ਹੈ। ਉਹ ਕਹਿੰਦਾ ਮੈਂ ਕਿਵੇਂ ਗੁਰੂ ਨਾਨਕ ਹਾਂ? ਕਹਿੰਦਾ ਮੈਂ ਕਿਹੜਾ ਉਹ ਵੇਖਿਆ, ਮੈਂ ਤਾਂ ਤੈਨੂੰ ਹੀ ਵੇਖਿਆ, ਉਹਦਾ ਰੂਪ ਤੇਰੇ ਵਰਗਾ ਹੀ ਸੀ। ਸਿੱਖਾ ਤੇਰਾ ਇੰਨਾ ਸਨਮਾਨ ਦੁਨੀਆਂ ਦੇ ਉੱਤੇ, ਤੇਰੇ 'ਤੇ ਇੰਨਾ ਮਾਣ, ਆਪਾਂ ਕਿਹੜੇ ਪਾਸੇ ਤੁਰ ਪਏ ਹਾਂ? ਆਪ ਹੀ ਘਰ ਵਾਲਿਆਂ ਨੂੰ ਸਲਾਹ ਦੇਈ ਜਾਂਦੇ ਹਾਂ ਕਿ ਗੁਲਾਬ ਦੀਆਂ ਪੱਤੀਆਂ ਲਿਆਓ ਜੀ, ਆਪ ਹੀ ਫੁੱਲਾਂ ਦੀ ਵਰਖਾ ਕਰਾ ਲੈਂਦੇ ਹਾਂ, ਆਪ ਹੀ ਵੀਡੀਓ ਬਣਾ ਲੈਂਦੇ ਹਾਂ, ਆਪ ਹੀ ਮੁੜ ਕੇ ਆਪਣੇ ਫੇਸਬੁੱਕ 'ਤੇ ਪਾ ਦਿੰਦੇ ਹਾਂ ਕਿ ਭਾਗਾਂ ਨਾਲ ਮਿਲਦੇ ਜੀ ਐਸੇ ਸੰਤ ਮਹਾਰਾਜ। ਪੁੱਛੋ ਤੈਨੂੰ ਸਰਟੀਫਿਕੇਟ ਕਿਹਨੇ ਦਿੱਤਾ ਬਈ? ਪੜ੍ਹੀ ਲਿਖੀ ਦੁਨੀਆ 'ਚ ਕੋਈ ਬੰਦਾ ਆਪਣੇ ਆਪ ਦੇ ਨਾਲ ਸ਼੍ਰੀ ਨਹੀਂ ਲਾਉਂਦਾ, ਕੋਈ ਆਪਣੇ ਆਪ ਦੇ ਨਾਲ ਵਿਸ਼ੇਸ਼ਣ ਨਹੀਂ ਲਾਉਂਦਾ, ਕੋਈ ਇਸ ਤਰ੍ਹਾਂ ਦੀ ਆਪਣੇ ਮੂੰਹ ਮੀਆਂ ਮਿੱਠੂ ਕੋਈ ਨਹੀਂ ਬਣਦਾ ਦੁਨੀਆ 'ਚ। ਇਹਨਾਂ ਚੀਜ਼ਾਂ ਨੇ ਇੰਟਰਨੈਟ ਤੋਂ ਉਤਰਨਾ ਨਹੀਂ, ਜੇ ਆਪਾਂ ਮਰ ਜਾਣਾ ਹੈ ਇਹ ਗੁਸਤਾਖੀਆਂ ਸਾਡੀਆਂ ਨੈੱਟ 'ਤੇ ਪਈਆਂ ਰਹਿਣੀਆਂ ਨੇ। ਅੱਜ ਜਦੋਂ ਕੋਈ ਨੇਤਾ ਮੁਕਰਦਾ ਹੈ ਨਾ, ਪ੍ਰੈਸ ਵਾਲੇ ਉਹਦੀ ਪੁਰਾਣੀ ਵੀਡੀਓ ਕੱਢ ਕੇ ਨਾਲ ਜੋੜ ਦਿੰਦੇ ਨੇ ਵੀ ਨੇਤਾ ਜੀ ਆਹ ਵੀ ਸੁਣ ਲਓ। ਕੱਲ੍ਹ ਤੁਹਾਡੇ ਸ਼ਬਦ ਹੋਰ ਸੀ, ਅੱਜ ਤੁਹਾਡੇ ਸ਼ਬਦ ਹੋਰ ਨੇ। ਸਾਨੂੰ ਤਾਂ ਗੁਰੂ ਨੇ ਦੱਸਿਆ ਸੀ ਵੀ ਚਿੱਤਰਗੁਪਤ ਹੈ ਕੋਈ, ਉਹਨੇ ਤੁਹਾਡਾ ਲੇਖਾ ਮੰਗਣਾ। ਚਿੱਤਰਗੁਪਤ ਜਦ ਲੇਖਾ ਮੰਗਿਆ ਤਬ ਕੌਣ ਪੜ੍ਹਦਾ ਤੇਰਾ ਢਾਕ ਕੇ? ਅਸੀਂ ਉਹਨੂੰ ਮੰਨਿਆ ਹੀ ਨਹੀਂ, ਅੱਜ ਜਦੋਂ ਹੁਣ ਸੀਸੀ ਕੈਮਰੇ ਆਏ ਹੁਣ ਅਸੀਂ ਮੰਨ ਗਏ ਵੀ ਇਹ ਗੱਲਾਂ ਠੀਕ ਨੇ। ਜਿਹੜਾ ਸਾਇੰਸ ਦਾ ਚਿੱਤਰਗੁਪਤ ਹੈ, ਜਿਹੜਾ ਵਿਗਿਆਨ ਦਾ ਚਿੱਤਰਗੁਪਤ ਹੈ, ਜਿਹੜਾ ਅੱਜ ਦੀ ਟੈਕਨੋਲੋਜੀ ਦਾ ਚਿੱਤਰਗੁਪਤ ਹੈ, ਇਹ ਤਾਂ 5 ਮਿੰਟ ਨਹੀਂ ਕੱਢਦਾ। ਤੁਸੀਂ ਬੋਲੋ ਸਹੀ, ਨਾਲ ਅਗਲੇ ਪੁਰਾਣੀ ਵੀਡੀਓ ਜੋੜ ਦੇਣਗੇ ਤੁਹਾਡੀ। ਬਾਬਾ ਜੀ ਕੱਲ੍ਹ ਤਾਂ ਤੁਸੀਂ ਆਹ ਬੋਲਦੇ ਸੀ, ਅੱਜ ਕੀ ਹੋ ਗਿਆ ਤੁਹਾਨੂੰ? ਮੈਂ ਰੋਜ਼ ਬੇਨਤੀ ਕਰਦਾ ਵੀ ਇਹ ਕਲ ਯੁੱਗ ਸਾਰਿਆਂ ਤੋਂ ਵਧੀਆ ਯੁੱਗ ਹੈ, ਨਾ ਡੰਡਾ ਫੜੋ, ਨਾ ਇਹਨੂੰ ਕੁੱਟਣ ਵਾਸਤੇ ਤਿਆਰੀ ਕਰੋ। ਇਸ ਯੁੱਗ ਦਾ ਅਵਤਾਰ ਗੁਰੂ ਨਾਨਕ ਹੈ, ਜਿਸ ਯੁੱਗ ਦਾ ਪੈਗੰਬਰ ਗੁਰੂ ਨਾਨਕ ਹੈ, ਜਿਸ ਯੁੱਗ ਦੇ ਵਿੱਚ ਬਾਣੀ ਗੁਰੂ ਹੈ, ਅਸੀਂ ਕਹਿੰਦੇ ਜੋਗੀ ਭੈੜਾ ਹੈ? ਨਹੀਂ, ਭੈੜੇ ਅਸੀਂ ਹਾਂ, ਮਾੜੇ ਅਸੀਂ ਹਾਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਰਮਈਆ ਕੇ ਗੁਣ ਚੇਤ ਪਰਾਨੀ, ਕਵਣ ਮੂਲ ਅਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਕਿੱਥੇ ਗਰਭ ਅਗਨ ਮੈਂ ਜਿਹਨੇ ਉਭਾਰਿਆ। ਉਹ ਕਿਹੜੀ ਵਰਕਸ਼ਾਪ ਹੈ? ਉਹ ਮਾਂ ਦਾ ਪੇਟ ਹੈ।
ਅੱਜ ਮਰੂਤੀ ਦੀ ਗੱਡੀ ਆ ਰਹੀ ਹੈ ਜੀ, ਟੋਇਟਾ ਦੀ ਗੱਡੀ ਆ ਰਹੀ ਹੈ ਜੀ, ਇਹ ਬੀ ਐਮ ਡਬਲਿਊ ਆ ਰਹੀ ਹੈ ਜੀ, ਇਹ ਮਰਸਡੀ ਆ ਰਹੀ ਹੈ ਜੀ, ਇਹਦੇ ਸਪੇਅਰ ਪਾਰਟ ਉੱਥੇ ਬਣਦੇ ਨੇ ਜੀ, ਉੱਥੇ ਬਣਦੇ ਨੇ। ਆ ਜਿਹੜਾ ਬੰਦਾ ਰੈਂਪ 'ਤੇ ਤੁਰਦਾ, ਜਿਹੜਾ ਫੈਸ਼ਨ ਸ਼ੋਅ ਦੇ ਮੁਕਾਬਲੇ ਕਰਦਾ, ਜਿਹੜਾ ਸੁਹੱਪਣ ਦੇ ਮੁਕਾਬਲੇ ਕਰਦਾ, ਪੁੱਛੋ ਵੀ ਇਹ ਇਹਦੇ ਸਪੇਅਰ ਪਾਰਟ ਕਿੱਥੋਂ ਆਉਂਦੇ ਨੇ, ਇਹ ਕਿਹੜੀ ਵਰਕਸ਼ਾਪ 'ਚ ਬਣਿਆ। ਰੱਬ ਉਹਨੂੰ ਕਹਿੰਦੇ ਨੇ, ਜਿਸ ਰੱਬ ਨੇ ਤੈਨੂੰ ਮਾਤਾ ਦੇ ਗਰਭ ਵਿੱਚ ਗਰਭ ਅਗਰ ਮੈਂ ਜਿਹਨੇ ਉਭਾਰਿਆ ਅਤੇ ਬਾਰਬ ਅਵਸਥਾ ਤੁਝੇ ਪਿਆਰੇ ਦੁੱਧ, ਜਦੋਂ ਤੂੰ ਕੁਛ ਪੀਣ ਜੋਗਾ ਨਹੀਂ ਸੀ ਅਤੇ ਤੈਨੂੰ ਮਾਂ ਦਾ ਦੁੱਧ ਦਿੱਤਾ, ਔਰ ਜੰਮਣ ਤੋਂ ਲੈ ਕੇ ਮਰਨ ਤੱਕ ਤੇਰੇ ਕੰਨਾਂ 'ਚ ਕੋਈ ਗੱਲ ਆਵਾਜ਼ ਆਈ ਹੈ ਕਿ ਮਾਂ ਦੇ ਦੁੱਧ ਵਰਗਾ ਪੌਸ਼ਟਿਕ ਭੋਜਨ ਧਰਤੀ 'ਤੇ ਦੁਬਾਰਾ ਰੱਬ ਨੇ ਬਣਾਇਆ ਹੀ ਨਹੀਂ, ਅਤੇ ਉਸ ਰੱਬ ਨੂੰ ਤੂੰ ਮੁੜ ਕੇ ਨਾ ਹੀ ਨਹੀਂ ਲੈਂਦਾ ਉਹ ਰੱਬ ਦਾ। ਅੱਜ ਗੁਰੂ ਅਰਜਨ ਦੇ ਪਿਤਾ ਮਹਾਰਾਜ ਕਹਿੰਦੇ ਮੈਂ ਉਹਦੇ ਤੋਂ ਸਦਕੇ ਜਾਂਦਾ। ਕੋਈ ਆਦਮੀ ਤਾਂ ਕਹੇ ਵੀ ਮੈਂ ਜੋ ਕੁਝ ਵੀ ਹਾਂ ਮੈਂ ਰੱਬ ਕਰਕੇ ਹਾਂ, ਜੇ ਮੇਰੇ ਕੋਲ ਪਦਵੀ ਹੈ, ਜੇ ਮੇਰੇ ਕੋਲ ਸੁਹੱਪਣ ਹੈ, ਜੇ ਮੇਰੇ ਕੋਲ ਧਨ ਦੌਲਤ ਹੈ, ਜੇ ਮੇਰੀ ਸਮਾਜ ਵਿੱਚ ਇੱਜ਼ਤ ਮਾਣ ਤਾਣ ਹੈ, ਤਾਂ ਬਈ ਇਹ ਮੇਰੇ ਪਰਮਾਤਮਾ ਕਰਕੇ ਹੈ, ਇਹ ਸਭ ਕੁਝ ਮੈਨੂੰ ਵਾਹਿਗੁਰੂ ਨੇ ਦਿੱਤਾ। ਅੰਗਰੇਜ਼ ਇੱਕ ਥੈਂਕ ਯੂ ਦੇ ਗਏ ਨੇ, ਹਰ ਬੰਦਾ ਉਤਲੀ ਜੇਬ 'ਚ ਪਾਈ ਫਿਰਦਾ, ਥਾਂ ਥਾਂ 'ਤੇ ਸੁੱਟੀ ਤੁਰਿਆ ਆਉਂਦਾ, ਨਿੱਕੀ ਨਿੱਕੀ ਗੱਲ 'ਤੇ ਥੈਂਕ ਯੂ ਥੈਂਕ ਯੂ ਥੈਂਕ ਯੂ। ਅਤੇ ਇਹ ਗੱਲ ਤੁਹਾਨੂੰ ਗੁਰੂ ਨਾਨਕ ਨੇ ਕਹੀ ਵੀ ਤੂੰ ਰੱਬ ਦਾ ਥੈਂਕ ਯੂ ਕਰਿਆ ਕਰ, ਉੱਥੇ ਉਲਟੀ ਆ ਜਾਂਦੀ ਹੈ। ਮਹਾਰਾਜ ਵੀ ਇਹੀ ਕਹਿੰਦੇ ਨੇ ਨਾ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਹੈ ਸ਼ਾਬਾਸ਼। ਹੋਰ ਗੁਰੂ ਜੀ ਨੇ ਕੀ ਕਿਹਾ ਤੁਹਾਨੂੰ? ਕੁਝ ਚੀਜ਼ਾਂ ਵਾਪਸ ਮੰਗੀਆਂ ਉਹਨੇ, ਉਹ ਤੁਹਾਡੇ ਮਾਂ ਪਿਓ ਵਰਗਾ, ਉਹ ਦਾਤਾ ਹੈ, ਭਿਖਾਰੀ ਨਹੀਂ ਹੈ, ਉਹਨੇ ਤੁਹਾਨੂੰ ਦੇਣਾ ਹੈ। ਨਹੀਂ ਗੱਲ ਸਮਝ ਆ ਰਹੀ? ਇੱਥੇ ਤਾਂ ਮਾਂ ਪਿਓ ਨੂੰ ਵੱਢ ਕੇ, ਮਾਂ ਪਿਓ ਨੂੰ ਘਰੋਂ ਕੱਢ ਕੇ, ਮਾਂ ਪਿਓ ਦੀ ਇੱਜ਼ਤ ਰੋਲ ਕੇ, ਸਾਰਾ ਕੁਝ ਉਹਦੇ ਕੋਲੋਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਉਹਨਾਂ ਦੇਣਾ ਕਿਹਨੂੰ ਹੈ, ਉਹਨਾਂ ਕੋਲ ਹੈ ਕੌਣ ਹੈ ਜੇ ਜਿਹਨੂੰ ਉਹਨਾਂ ਨੇ ਸਾਰਾ ਕੁਝ ਦੇ ਕੇ ਜਾਣਾ? ਤੁਹਾਨੂੰ ਹੀ ਦੇਣਾ ਹੈ, ਹੀ ਤੁਹਾਡੇ ਵਾਸਤੇ ਹੈ। ਜਦੋਂ ਵੀ ਉਹ ਰੱਬ ਦੇ ਅੱਗੇ ਹੱਥ ਜੋੜੇ ਉਹਨਾਂ ਨੇ, ਤੁਹਾਨੂੰ ਹੀ ਮੰਗਿਆ ਉਹਨਾਂ ਨੇ। ਪਹਿਲਾਂ ਇਹ ਮੰਗਿਆ ਵੀ ਪੁੱਤ ਦੇ ਦਿਓ, ਫਿਰ ਆਖਿਆ ਮਹਾਰਾਜ ਨੂੰ ਤੰਦਰੁਸਤੀ ਦੇ ਦਿਓ, ਫਿਰ ਮਹਾਰਾਜ ਨੂੰ ਵਿੱਦਿਆ ਦੇ ਦਿਓ, ਫਿਰ ਆਖਿਆ ਮਹਾਰਾਜ ਨੂੰ ਨੌਕਰੀ ਦੇ ਦਿਓ, ਫਿਰ ਆਖਿਆ ਮਹਾਰਾਜ ਨੂੰ ਸੋਹਣੀ ਜਿਹੀ ਵਹੁਟੀ ਦੇ ਦਿਓ, ਫਿਰ ਆਖਿਆ ਮਹਾਰਾਜ ਨੂੰ ਸੋਹਣਾ ਜਾਗੋ, ਫਿਰ ਪੁੱਤ ਦੇ ਦਿਓ, ਜਿਹੜੇ ਸਾਰੀ ਉਮਰ ਹੀ ਤੁਹਾਡੇ ਵਾਸਤੇ ਕਰਦੇ ਰਹੇ। ਪਰ ਅਸੀਂ ਉਸ ਮਾਂ ਪਿਓ ਬਾਪ ਤੋਂ ਮੁਨਕਰ ਹੋ ਗਏ, ਰੱਬ ਦੀ ਪੜ੍ਹਾਈ ਸਾਨੂੰ ਕਿੰਨੇ ਕਰਾਉਣੀ ਸੀ? ਜਦੋਂ ਸੁਣਦੇ ਸੀ ਨਾ ਮਦਰ ਡੇ ਫਾਦਰ ਡੇ, ਉਦੋਂ ਸੋਚੀਦਾ ਹੁੰਦਾ ਸੀ ਗੋਰੇ ਬੇਵਕੂਫ ਨੇ। ਮੈਂ ਕਹਿੰਦਾ ਗੋਰੇ ਸਾਡੇ ਨਾਲੋਂ ਫਿਰ ਚੰਗੇ ਨੇ, ਘੱਟੋ ਘੱਟ ਉਹ ਸਾਲ 'ਚ ਇੱਕ ਦਿਨ ਉਹਨਾਂ ਨੇ ਫਿਰ ਵੀ ਮੰਨ ਲਿਆ, ਭਾਵੇਂ ਮਾਂ ਬਾਪ ਨੇ 18 ਸਾਲ ਤੋਂ ਬਾਅਦ ਕਿਹਾ ਵੀ ਜਾ ਪੁੱਤਰ ਜਿੱਥੇ ਮਰਜ਼ੀ ਜਾ, ਪਰ ਉਹਨਾਂ ਫਿਰ ਸਾਲ 'ਚ ਇੱਕ ਦਿਨ ਨੀਅਤ ਕਰ ਲਿਆ ਵੀ ਨਹੀਂ, ਦੁਨੀਆ 'ਚ ਕਿਤੇ ਵੀ ਹੋਈਏ ਮੇਰੇ ਮਾਤਾ ਜੀ ਬਣੇ ਨੇ ਕੈਨੇਡਾ ਵੈਨਕੂਵਰ ਤੋਂ। ਪਿਛਲੇ ਸਾਲ ਕਾਹਨੂੰ ਆਹੀ ਸਾਲ
ਮਾਰਚ ਅਪ੍ਰੈਲ ਵਿੱਚ ਉਹਨਾਂ ਦਾ ਜਨਮ ਦਿਨ ਹੁੰਦਾ, ਉਹ ਇੰਡੀਆ ਆਏ ਸੀਗੇ ਅਤੇ ਮੈਨੂੰ ਕਹਿਣ ਲੱਗੇ ਵੀ ਪੀਟਰ ਵੀ ਆ ਰਿਹਾ, ਪਾਲੀ ਵੀ ਆ ਰਹੀ ਹੈ, ਮੈਂ ਕੀ ਹੋਇਆ ਨਾ ਆ ਨਹੀਂ ਰਹਿ, ਮੈਨੂੰ ਕਹਿੰਦੇ ਉਹ ਆ ਗਏ ਨੇ, ਮੈਂ ਕੀ ਹੋਇਆ, ਕਹਿੰਦੇ ਕੱਲ੍ਹ ਮੇਰਾ ਜਨਮ ਦਿਨ ਹੈ। ਧੀ ਟੋਰਾਂਟੋ ਤੋਂ ਆਈ, ਪੁੱਤਰ ਵੈਨਕੂਵਰ ਤੋਂ ਆਇਆ ਵੀ ਮੇਰੀ ਮਾਂ ਦਾ ਸਵੇਰੇ ਬਰਥਡੇ ਹੈ। ਆਪਾਂ ਉਹਨੂੰ ਲੋਕਾਂ ਦੀ ਕਿੱਥੇ ਰੀਸ ਕਰ ਲਾਂਗੇ ਵੀ ਮਾਂ ਦਾ ਜਨਮ ਦਿਨ ਹੈ ਅਤੇ ਮਾਂ ਦੇ ਨਾਲ ਗੜਗਾਵਾਂ ਓਬਰਾਏ ਬੁੱਕ ਕੀਤਾ ਉਹਨਾਂ ਨੇ ਵੀ ਮਾਂ ਦਾ ਜਨਮ ਦਿਨ ਸੈਲੀਬ੍ਰੇਟ ਕਰਨਾ ਹੈ ਅਸੀਂ। ਔਰ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਬੰਦੇ ਨੇ ਮਾਂ ਪਿਓ ਨੂੰ ਛੱਡ ਦਿੱਤਾ, ਰੱਬ ਨੂੰ ਛੱਡ ਦਿੱਤਾ, ਪਤਾ ਨਹੀਂ ਐਸੇ ਨਾਸਤਕ ਲੋਕਾਂ ਨੂੰ ਦੁਨੀਆ ਕਿਵੇਂ ਚੁੱਕ ਕੇ ਤੁਰੀ ਫਿਰਦੀ, ਵੀ ਤੁਸੀਂ ਕੀ ਸੋਚਦੇ ਹੋ ਵੀ ਇਹ ਤੁਹਾਡੇ ਨਾਲ ਵਫਾਦਾਰੀ ਕਰਨਗੇ। ਜਿਸ ਨੇ ਮਾਂ ਪਿਓ ਦੇ ਪਰ ਉਪਕਾਰ ਵਿਸਾਰ ਦਿੱਤੇ ਨੇ, ਭਾਈ ਗੁਰਦਾਸ ਤੋਂ ਪੁੱਛਿਓ ਜੇ, ਐਸੇ ਲੋਕਾਂ ਦੀ ਕੀ ਸੰਗਿਆ ਹੈ। ਜੇ ਮਾਂ ਪਿਓ ਦੇ ਪਰ ਉਪਕਾਰ ਵਿਸਾਰ ਸਕਦਾ ਬੱਚਾ, ਅਸੀਂ ਤੁਸੀਂ ਕੌਣ ਹਾਂ ਜੀ ਕਿ ਮੇਰੇ ਵਰਗਾ ਬੰਦਾ ਕਵੇ ਜੀ ਮੈਂ ਇਹਦੇ ਲਈ ਆਹ ਕੀਤਾ ਜੀ, ਇਹਨੇ ਮੇਰਾ ਅਹਿਸਾਨ ਨਹੀਂ ਮੰਨਿਆ ਜੀ, ਉਹ ਜਿੰਨੇ ਜੰਮਿਆ ਨੇ ਉਹਨਾਂ ਨੂੰ ਨਹੀਂ ਮੰਨਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਕੌਣ ਹੈ ਜਿਹਨੇ ਪਰਮਾਤਮਾ ਨੂੰ ਆਧਾਰ ਬਣਾਇਆ, ਜਿਹੜਾ ਇਹ ਮੰਨਦਾ ਕਿ ਪਰਮਾਤਮਾ ਮੈਂ ਤੇਰੇ ਕਰਕੇ ਹੈ, ਜੋ ਕੁਝ ਮੇਰਾ ਉਹ ਵੀ ਤੇਰੇ ਕਰਕੇ ਹੈ। ਤੁਹਾਡੇ ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਮਹੀਨੇ ਦੇ ਵਿੱਚ ਸਾਰਾ ਕੁਝ ਦਿੱਤਾ ਹੈ ਔਰ ਇਹੀ ਗੱਲ ਕਹੀ ਹੈ ਕਿ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਿਆ ਮੇਰਾ। ਇਹ ਬੱਚੇ ਵੀ ਤੇਰੇ ਨੇ, ਇਹ ਸਭ ਕੁਝ ਤੇਰਾ ਹੀ ਸੀ। ਤੋ ਮਹਾਰਾਜ ਬਾਣੀ ਦੇ ਵਿੱਚ ਸਮਝਾਉਂਦੇ ਨੇ ਕਿ ਮਹਿਮਾ ਤਾਂ ਕੀ ਕੇਤਕ ਗਣੀਐ ਜਨ ਪਾਰ ਬ੍ਰਹਮ ਰੰਗ ਰਾਤੇ। ਤਾਂ ਹੀ ਆਖਿਆ ਨਾ ਕਿ ਸਾਧੂ ਕੀ ਮਹਿਮਾ ਵੇਦ ਨਾ ਜਾਣੈ। ਵੱਡੇ ਵੱਡੇ ਧਰਮ ਗ੍ਰੰਥ ਵੀ ਰੱਬ ਦੀ ਭਗਤੀ ਕਰਨ ਵਾਲੇ ਦਾ ਅੰਤ ਨਹੀਂ ਦੱਸ ਸਕਦੇ ਤੁਹਾਨੂੰ, ਉਹ ਕਿੰਨੀ ਮਹਿਮਾ ਕਿੰਨੀ ਵਡਿਆਈ ਦਾ ਮਾਲਕ ਹੈ। ਜਿਹੜਾ ਆਪਣੇ ਜੀਵਨ ਵਿੱਚ ਪਰਮਾਤਮਾ ਨੂੰ ਆਧਾਰ ਮੰਨ ਕੇ ਚੱਲਦਾ, ਸਾਨੂੰ ਇੱਦਾਂ ਲੱਗਦਾ ਕਿ ਮੈਂ ਪਦਵੀ ਕਰਕੇ ਹਾਂ, ਸਾਨੂੰ ਇੱਦਾਂ ਲੱਗਦਾ ਮੈਂ ਪੈਸੇ ਕਰਕੇ ਹਾਂ, ਜਿਵੇਂ ਅੱਜ ਕੱਲ੍ਹ ਤੁਸੀਂ ਵੇਖਿਆ ਹੀ ਹੈ ਅਤੇ ਭੈਣਾਂ ਸਾਡੀਆਂ ਦੀ ਇੱਕ ਵਿਆਹ ਤੋਂ ਬਾਅਦ ਦੂਜਾ ਵਿਆਹ ਆ ਜਾਵੇ ਅਤੇ ਉਹਨਾਂ ਦੀ ਇੱਜ਼ਤ ਦਾਅ 'ਤੇ ਲੱਗ ਜਾਂਦੀ ਹੈ, ਮੈਂ ਉਹੀ ਚੂੜੀ ਪਾ ਕੇ ਜਾਵਾਂਗੀ, ਮੈਂ ਉਹੀ ਸੂਟ ਪਾ ਕੇ ਜਾਵਾਂਗੀ, ਕੀ ਲੋਕ ਕਹਿਣਗੇ ਇਹਦੇ ਕੋਲ ਇਹੋ ਹੀ ਕੱਪੜੇ ਹੈਗੇ ਨੇ। ਵੀ ਜੇ ਤੁਹਾਡੀ ਸ਼ਾਨ ਕੱਪੜਿਆਂ ਵਿੱਚ ਹੈ ਤਾਂ ਫਿਰ ਤੁਸੀਂ ਕੀ ਹੋ, ਫਿਰ ਆਪਣਾ ਮੈਡੀਕਲ ਕਰਾਓ, ਵੀ ਤੁਸੀਂ ਤਾਂ ਕੁਛ ਵੀ ਨਹੀਂ ਹੈਗੇ। ਫਿਰ ਆਪਾਂ ਕੀ ਹਾਂ, ਆਪਾਂ ਤਾਂ ਕੁਝ ਵੀ ਨਹੀਂ ਹੈਗੇ। ਇੱਥੇ ਗਾਲਬ ਸਾਹਿਬ ਦਾ ਘਰ ਹੈ ਪੁਰਾਣੀ ਦਿੱਲੀ ਵਿੱਚ,
ਉਹਨਾਂ ਦੇ ਬਾਰੇ ਇੱਕ ਗੱਲ ਆਉਂਦੀ ਹੈ ਕਿ ਉਹਨਾਂ ਨੂੰ ਕਿਸੇ ਮਹਿਫਲ ਦੇ ਵਿੱਚ ਬੁਲਾਇਆ ਗਿਆ, ਉਹਨਾਂ ਨੂੰ ਆਨਰ ਕਰਨਾ ਸੀ, ਉਹਨਾਂ ਨੇ ਉਹਨਾਂ ਦਾ ਸਵਾਗਤ ਕਰਨਾ ਸੀ, ਉਹ ਚਲੇ ਗਏ ਅਤੇ ਜਿਹੜਾ ਬਾਹਰ ਦਰਬਾਨ ਸੀ ਉਹਨੇ ਅੰਦਰ ਹੀ ਨਹੀਂ ਵੜਨ ਦਿੱਤਾ। ਉਹ ਕਹੇ ਮੈਂ ਗਾਲਬ ਹਾਂ, ਕਹਿੰਦੇ ਜਾ ਕੰਮ ਕਰ, ਆ ਐਡਾ ਵੱਡਾ ਪੰਡਾਲ ਤੇਰੇ ਵਾਸਤੇ ਲੱਗਿਆ। ਉਹ ਕਹੇ ਹਾਂ, ਅਖੀਰ ਮੁੜ ਗਿਆ, ਫਿਰ ਗਿਆ, ਫਿਰ ਕੋਟ ਪੈਂਟ ਪਾ ਕੇ ਜਾਂ ਜਿਹੜੇ ਉਸ ਵੇਲੇ ਸ਼ੇਰਵਾਨੀ ਹੋਏਗੀ ਕੱਪੜੇ ਹੋਣਗੇ ਉਹ ਸੋਹਣੇ ਸੂਟ ਬੂਟ ਪਾ ਕੇ ਵਾਪਸ ਆਇਆ। ਹੁਣ ਗਾਲਬ ਸਾਹਿਬ ਹੁੰਦੀ ਪਈ ਹੈ ਅਤੇ ਕਿਸੇ ਆਦਮੀ ਨੇ ਪਲੇਟ ਲਿਆਂਦੀ, ਉਹ 'ਚ ਪਕੌੜੇ ਗੁਲਾਬ ਜਾਮਣ ਰੱਖੇ, ਗਾਲਬ ਸਾਹਿਬ ਲਓ। ਅਤੇ ਗਾਲਬ ਸਾਹਿਬ ਨੇ ਕੀ ਕੀਤਾ, ਗੁਲਾਬ ਜਾਮਣ ਫੜਿਆ, ਕੋਟ ਦੀ ਇੱਕ ਜੇਬ 'ਚ ਪਾ ਲਿਆ, ਪਕੌੜੇ ਫੜੇ ਦੂਜੀ ਜੇਬ 'ਚ ਪਾ ਲਏ, ਅਤੇ ਕਿਸੇ ਨੇ ਕਿਹਾ ਵੀ ਗਾਲਬ ਸਾਹਿਬ ਇਹ ਖਾਣ ਲਈ ਨੇ। ਉਹ ਕਹਿੰਦਾ ਮਰ ਗਿਆ ਗਾਲਬ, ਗਾਲਬ 'ਤੇ ਆਇਆ ਸੀ ਵੋਟ ਤਾਂ ਤੁਸੀਂ, ਇਹ ਸਵਾਗਤ ਤਾਂ ਕੋਟ ਪੈਂਟ ਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਉਹ ਕੌਣ ਹੈ ਜਿਹੜਾ ਇਹ ਸਮਝਦਾ ਵੀ ਮੈਂ ਸਭ ਕੁਝ ਪਰਮਾਤਮਾ ਕਰਕੇ ਹਾਂ ਅਤੇ ਜੋ ਕੁਝ ਮੇਰੇ ਕੋਲ ਹੈ ਉਹ ਵੀ ਪਰਮਾਤਮਾ ਕਰਕੇ ਹੈ। ਇਹੀ ਗੱਲ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ ਕਿ ਭਾਈ ਉਸ ਪਰਮਾਤਮਾ ਦੇ ਗੁਣ ਚੇਤੇ ਕਰਿਆ ਕਰੋ ਵੀ ਤੂੰ ਹੈ ਕੀ ਸੀ, ਕੁਛ ਵੀ ਨਹੀਂ ਸੀ। ਪੰਜ ਤੱਤ ਇਕੱਠੇ ਕੀਤੇ, ਉਹਦੀ ਪੁੜੀ ਬੰਨ ਦਿੱਤੀ ਹੈ ਅਤੇ ਕਵਣ ਮੂਲ ਅਤੇ ਕਵਣ ਦ੍ਰਿਸ਼ਟਾਨੀ, ਹੁਣ ਤੂੰ ਕਹਿੰਦਾ ਜੀ ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੇਰੇ ਵਰਗਾ ਸੋਹਣਾ ਕੋਈ ਨਹੀਂ। ਜਿਨ੍ਹਾਂ ਨੂੰ ਪਰਮਾਤਮਾ ਦੇ ਇਸ ਨਾਮ ਦਾ ਆਧਾਰ ਪ੍ਰਾਪਤ ਹੋਇਆ, ਜਿਹੜੇ ਉਸ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੇ ਗਏ ਨੇ, ਫਿਰ ਉਹਨਾਂ ਦੀ ਮਹਿਮਾ ਕੋਈ ਨਹੀਂ ਗਿਣ ਸਕਦਾ। ਵੇਖੋ, ਤੁਹਾਡੀ ਕੋਈ ਪ੍ਰੋਪਰਟੀ ਗਿਣ ਸਕਦਾ, ਤੁਹਾਡੀ ਹਾਈਟ ਗਿਣ ਸਕਦਾ, ਤੁਹਾਡੇ ਸੁਹੱਪਣ ਦਾ ਕੋਈ ਪੈਰਾਮੀਟਰ ਬਣਾ ਸਕਦਾ ਵੀ ਇੰਨਾ ਸੋਹਣਾ ਹੈ ਜੀ, ਪਰ ਉਸ ਪਰਮਾਤਮਾ ਦੇ ਬਖਸ਼ਿਆਂ ਦੀ ਕੋਈ ਮਹਿਮਾ ਨਹੀਂ ਕਰ ਸਕਦਾ। ਸਾਧੂ ਦੀ ਮਹਿਮਾ ਤਾਂ ਮਹਾਰਾਜ ਕਹਿੰਦੇ ਵੇਦ ਵੀ ਨਹੀਂ ਕਰ ਸਕਦੇ। ਸੁਖ ਸਹਿਜ ਆਨੰਦ ਤਿੰਨਾਂ ਸੰਗ, ਉਹਨਾਂ ਦੀ ਸੰਗਤ ਵਿੱਚ ਵੀ ਤੁਹਾਨੂੰ ਸੁੱਖ ਮਿਲੇਗਾ, ਸਹਿਜ ਮਿਲੇਗਾ, ਆਨੰਦ ਮਿਲੇਗਾ, ਸਕੂਨ ਮਿਲੇਗਾ, ਇੱਕ ਖੁਸ਼ੀ ਪ੍ਰਾਪਤ ਹੋਏਗੀ। ਉਨ ਸੰਸਰ ਅਵਰ ਨਾ ਦਾਤੇ, ਉਹਨਾਂ ਵਰਗਾ ਕੋਈ ਦਾਤਾ ਹੀ ਨਹੀਂ ਤੁਹਾਨੂੰ ਧਰਤੀ 'ਤੇ ਮਿਲੇਗਾ। ਉਹ ਤੁਹਾਨੂੰ ਦੁਨਿਆਵੀ ਚੀਜ਼ਾਂ ਨਹੀਂ ਵੰਡਦੇ, ਉਹ ਤੁਹਾਨੂੰ ਗੁਰੂ ਦੀ ਮੱਤ ਦਿੰਦੇ ਨੇ, ਉਹ ਤੁਹਾਨੂੰ ਗੁਰੂ ਨਾਲ ਜੋੜਦੇ ਨੇ, ਉਹ ਤੁਹਾਨੂੰ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਪ੍ਰੇਰਿਤ ਕਰਦੇ ਨੇ। ਜਗਤ ਉਦਾਹਰਣ ਸੇਈ ਆਏ ਜੋ ਜਨ ਦਰਸ ਪਿਆਸਾ, ਜਿਹੜੇ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਵਿੱਚ ਜਿਉਂਦੇ ਨੇ ਉਹੀ ਜਗਤ ਨੂੰ ਉਦਾਹਰਣ ਆਏ ਨੇ। ਉਹ ਕਦੇ ਪਰਮਾਤਮਾ ਦੀ ਭਾਉ ਭਾਵਣੀ ਵਿੱਚੋਂ ਬਾਹਰ ਨਹੀਂ ਨਿਕਲਦੇ, ਹਮੇਸ਼ਾ ਉਹਦੇ ਇੱਕ ਨਿਰਮਲ ਭਾਵ ਵਿੱਚ ਆਪਣੇ ਜੀਵਨ ਨੂੰ ਜਿਉਂਦੇ ਨੇ। ਨਿਰਮਲ ਭਾਵ ਜਿਹੜਾ ਤੁਹਾਡੇ ਮਨ ਵਿੱਚ ਆਪਣੀ ਮਾਂ ਪ੍ਰਤੀ ਹੈ, ਬਾਪ ਦੇ ਪ੍ਰਤੀ ਹੈ,
ਇਹ ਤਾਂ ਪਤਾ ਹੀ ਹੈ ਵੀ ਤੁਸੀਂ ਉਹਨਾਂ ਦੇ ਬੱਚੇ ਹੋ, ਤੁਹਾਡੇ ਵੀ ਹੱਕ ਹਕੂਕ ਨੇ। ਪਰ ਇਹ ਵੀ ਪਤਾ ਵੀ ਨਹੀਂ, ਇਹ ਗੱਲ ਮੇਰੇ ਮਾਤਾ ਜੀ ਨੂੰ ਚੰਗੀ ਨਹੀਂ ਲੱਗੇਗੀ, ਇਹ ਗੱਲ ਮੇਰੇ ਪਿਤਾ ਜੀ ਨੂੰ ਠੀਕ ਨਹੀਂ ਲੱਗੇਗੀ, ਇਹ ਗੱਲ ਮੇਰੇ ਪਿਤਾ ਜੀ ਨੂੰ ਪਤਾ ਲੱਗੇਗਾ। ਇੱਕ ਨਿਰਮਲ ਭਾਉ ਹੈ, ਇਹ ਉਹ ਡਰ ਨਹੀਂ ਹੈ ਜਿਹੜਾ ਕਿਸੇ ਗੈਂਗਸਟਰ ਤੋਂ ਹੈ, ਕਿਸੇ ਡਾਕੂ ਬਦਮਾਸ਼ ਤੋਂ ਹੈ, ਕਿਸੇ ਪੁਲਿਸ ਤੋਂ ਹੈ, ਕਿਸੇ ਕਾਨੂੰਨ ਤੋਂ ਹੈ, ਉਹ ਡਰ ਨਹੀਂ ਹੈ, ਇਹ ਨਿਰਮਲ ਭਾਉ ਹੈ। ਧਰਮ ਦੀ ਦੁਨੀਆ ਵਿੱਚ ਜਿਹੜੇ ਲੋਕ ਅੱਛੇ ਕੰਮ ਕਰਦੇ ਨੇ, ਜਿਹੜੇ ਬੁਰੇ ਕੰਮਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦੇ ਨੇ, ਉਹਨਾਂ ਦੇ ਮਨ ਵਿੱਚ ਇੱਕ ਨਿਰਮਲ ਭਾਉ ਹੁੰਦਾ ਹੈ, ਉਹ ਕਦੇ ਗੁਸਤਾਖੀ ਨਹੀਂ ਕਰਦੇ, ਉਹ ਕਦੇ ਆਪਣੀ ਜ਼ਿੰਦਗੀ ਵਿੱਚ ਬੇਅਦਬ ਨਹੀਂ ਹੁੰਦੇ, ਉਹ ਕਦੇ ਕਿਸੇ ਦੇ ਪ੍ਰਤੀ ਕੌੜਾ ਜਾਂ ਫਿੱਕਾ ਅਲਾਉਂਦੇ ਨਹੀਂ। ਉਨਕੀ ਸ਼ਰਨ ਪਰੇ ਸੋ ਤਰਿਆ ਸੰਤ ਸੰਗ ਪੂਰਨ ਆਸਾ। ਹੁਣ ਇੱਥੇ ਸ਼ਬਦ ਉਹ ਆਏਗਾ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਹੁਣ ਕਈਆਂ ਨੂੰ ਇਹ ਲੱਗਦਾ ਵੀ ਜਿਵੇਂ ਮੈਂ ਸ਼ਾਇਦ ਕਿਸੇ ਭਗਤੀ ਭਾਵ ਵਾਲੇ ਦੇ ਵਿਰੋਧ ਵਿੱਚ ਬੋਲਦਾ, ਨਾ ਭਾਈ, ਮੈਂ ਕੌਣ ਹੁੰਦਾ ਜਿਹਦੀ ਉਸਤਤ ਗੁਰੂ ਅਰਜਨ ਸਾਹਿਬ ਕਰਨ, ਉਹਦੀ ਮੇਰੇ ਵਰਗੇ ਨੇ ਨਿੰਦਿਆ ਕਰਕੇ ਅਤੇ ਆਪਣੀ ਜ਼ਿੰਦਗੀ 'ਚ ਕੀੜੇ ਚਲਾਉਣੇ ਨੇ। ਪਰ ਦੁੱਖ ਇਸ ਗੱਲ ਦਾ, ਜਿਵੇਂ ਪਹਿਲਾਂ ਮੈਂ ਬੇਨਤੀ ਕੀਤੀ ਹੈ ਵੀ ਆਪੇ ਗੁਲਾਬ ਦੇ ਫੁੱਲ ਮੰਗਾ ਲਏ, ਆਪੇ ਆਪਣੇ 'ਤੇ ਫੁੱਲਾਂ ਦੀ ਵਰਖਾ ਕਰਾ ਲਈ, ਆਪੇ ਵੀਡੀਓ ਬਣਾ ਲਈ, ਆਪੇ ਫੇਸਬੁੱਕ 'ਤੇ ਪਾ ਲਈ, ਆਪੇ ਮੁੜ ਕੇ ਮਗਰ ਗੀਤ ਲਾ ਲਿਆ ਕਿ ਭਾਗਾਂ ਨਾਲ ਮਿਲਦੇ ਜੀ ਐਸੇ ਸੰਤ ਮਹਾਰਾਜ, ਵੀ ਤੁਹਾਨੂੰ ਸਰਟੀਫਿਕੇਟ ਕਿੰਨੇ ਦਿੱਤਾ ਕਿ ਤੁਹਾਨੂੰ ਰੱਬ ਤੋਂ ਕੋਈ ਈਮੇਲ ਆ ਗਈ ਹੈ ਤੁਹਾਨੂੰ ਵੀ ਤੁਸੀਂ ਸੰਤ ਹੋ ਗਏ ਹੋ? ਕਿੰਨੇ ਦਾਵਾ ਕੀਤਾ ਅੱਜ ਤੱਕ? ਜਿਹੜੇ ਸੰਤ ਹੋਏ ਵੀ ਨੇ, ਮੇਰੇ ਬਾਣੀ 'ਚ ਲਿਖਿਆ ਕਿ ਜਿਨ ਹਰ ਪਾਇਓ ਤਿੰਨੀ ਛੁਪਾਇਓ, ਜਿਨ੍ਹਾਂ ਨੂੰ ਵੀ ਪਰਮਾਤਮਾ ਮਿਲਿਆ ਉਹਨਾਂ ਨੇ ਤਾਂ ਦੁਨੀਆਂ ਨੂੰ ਦੱਸਿਆ ਤੱਕ ਨਹੀਂ ਹੈ। ਇਹ ਤਾਂ ਜਿਹੜੇ ਤੁਰੇ ਫਿਰਦੇ ਨੇ ਨਾ, ਇਹ ਤਾਂ ਸ਼ੋਸ਼ ਕੀ ਉਹ ਇੱਕ ਕਹਾਵਤ ਹੈ ਕਿ ਥੋਥਾ ਚਨਾ ਬਾਜੇ ਘਣਾ, ਜਿਨ੍ਹਾਂ ਦੇ ਪੱਲੇ ਕੁਛ ਨਹੀਂ ਉਹ ਡੁਗਡੁਗੀ ਵਜਾਉਂਦੇ ਫਿਰਦੇ ਨੇ, ਸਾਰਾ ਦਿਨ ਹੀ ਫੇਸਬੁੱਕ 'ਤੇ ਬੈਠੇ ਨੇ, ਸਾਰਾ ਦਿਨ ਹੀ ਟੀਵੀ 'ਤੇ ਬੈਠੇ ਨੇ। ਕਿ ਸੰਤ ਨੂੰ ਵੀ ਕਿਸੇ ਪਬਲਿਸਿਟੀ ਦੀ ਲੋੜ ਹੈ? ਸੰਤ ਨੂੰ ਵੀ ਵਿਊ ਚਾਹੀਦੇ ਨੇ ਵੀ ਇੰਨੇ ਵਿਊ ਨੇ ਜੀ ਮੇਰੇ, ਇੰਨੇ ਮੇਰੇ ਸਬਸਕ੍ਰਾਈਬਰ ਨੇ ਜੀ, ਇੰਨਾ ਇੰਨੀ ਮੇਰੀ TRP ਹੈ ਜੀ। ਤੁਸੀਂ ਤਾਂ ਪੋਲੀਟੀਸ਼ੀਅਨਾਂ ਨੂੰ ਵੀ ਛੱਡ ਗਏ ਬਾਈ, ਅਜੇ ਵੀ ਸੰਤ ਹੋ ਤੁਸੀਂ? ਜੇ ਤੁਸੀਂ ਸੰਤ ਹੋ ਤਾਂ ਰਾਜਨੀਤਿਕ ਕਿਹਨੂੰ ਕਹਿੰਦੇ ਨੇ? ਜਿਹੜੇ ਰੱਬ ਦੇ ਸੰਤ ਹੋਏ ਨੇ ਉਹ ਤਾਂ ਆਪਣੇ ਆਪ ਨੂੰ ਜਣਾਉਂਦੇ ਤੱਕ ਵੀ ਨਹੀਂ ਹੈ, ਸ਼ਾਇਦ ਇਹੀ ਕਾਰਨ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆਮਦ ਹੋਈ 1469 ਵਿੱਚ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਹੈ
ਉਹ ਰਿਹਾ 1839 ਤੱਕ, 1469, ਫਿਰ 1569, ਫਿਰ 1669, ਫਿਰ 1769, ਫਿਰ 1869, ਹੁਣ 1839 ਹੈ, 69 ਚੋਂ 39 ਕੱਢ ਦਿਓ। ਤਕਰੀਬਨ ਇਹ ਇੰਨਾ ਸਮਾਂ ਵੀ ਜਿਹੜਾ ਹੈ ਇਹ 400 ਸਾਲ ਦੇ ਕਰੀਬ ਬਣਦਾ ਹੈ, 350 ਸਾਲ ਲਾ ਲਓ। ਤੁਸੀਂ ਸੁਣਿਆ ਵੀ ਸੰਤ ਬਾਬਾ ਬੁੱਢਾ ਜੀ, ਸੰਤ ਭਾਈ ਮਣੀ ਸਿੰਘ ਜੀ, ਸੰਤ ਬਾਬਾ ਬਘੇਲ ਸਿੰਘ ਜੀ, ਸੰਤ ਭਾਈ ਸਤੀਦਾਸ ਜੀ, ਸੰਤ ਭਾਈ ਦਿਆਲਾ ਜੀ, ਸੰਤ ਭਾਈ ਪਰਾਗਾ ਜੀ, ਸੰਤ ਭਾਈ ਮੰਝ ਜੀ, ਸੰਤ ਭਾਈ ਪੈੜਾ ਜੀ, ਸੰਤ ਭਾਈ ਮੋਖਾ ਜੀ, ਸੁਣਿਆ ਕਦੇ? ਅਰ ਜਿਹੜਾ ਜੰਮਦਾ ਕਹਿੰਦਾ ਮੈਂ ਸੰਤ ਹਾਂ। ਜਦੋਂ ਅਸ਼ਟਪਦੀ ਉਚਾਰੀ ਗਈ ਗੁਰੂ ਅਰਜਨ ਸਾਹਿਬ ਵੱਲੋਂ, ਉਦੋਂ ਵੀ ਕੋਈ ਆਪਣੇ ਨਾਂ ਨਾਲ ਸੰਤ ਕੈਰੀ ਨਹੀਂ ਸੀ ਕਰਦਾ, ਕੋਈ ਲਿਖਦਾ ਹੀ ਨਹੀਂ ਸੀ। ਹੁਣ ਜਿਹਨੂੰ ਸੰਤ ਤੋਂ ਘੱਟ ਬੁਲਾ ਦਿਓ ਉਹ ਤੁਹਾਡੇ ਨਾਲ ਲੜ ਕੇ ਮਰਨ ਲਈ ਤਿਆਰ ਹੋ ਜਾਏਗਾ ਵੀ ਮੈਨੂੰ ਸੰਤ ਕਿਉਂ ਨਹੀਂ ਕਿਹਾ। ਵੇਖੋ ਮੇਰੀ ਜ਼ਿੰਦਗੀ ਵਿੱਚ ਤਾਂ ਪਹਿਲੀ ਉਦਾਹਰਣ ਹੈ ਟਿਕਾਣਾ ਸਾਹਿਬ ਦੀ। ਉਹਨਾਂ ਨੇ ਲਿਖਤੀ ਹਰ ਬੰਦੇ ਨੂੰ ਕਿਹਾ, ਪਰਸਨਲੀ ਨਿੱਜੀ ਤੌਰ 'ਤੇ ਸਭ ਬੰਦਿਆਂ ਨੂੰ ਕਿਹਾ ਕਿ ਜਦੋਂ ਵੀ ਮੈਨੂੰ ਬੁਲਾਉਣਾ ਹੈ ਮੇਰੇ ਨਾਂ ਦੇ ਨਾਲ ਲਿਖਣਾ ਦਾਸ ਅੰਮ੍ਰਿਤਪਾਲ ਸਿੰਘ, ਨਾ ਬਾਬਾ ਅੰਮ੍ਰਿਤਪਾਲ ਸਿੰਘ, ਨਾ ਸੰਤ ਅੰਮ੍ਰਿਤਪਾਲ ਸਿੰਘ, ਨਾ ਸਾਨੂੰ ਕੋਈ ਮੱਥਾ ਟੇਕੇ, ਨਾ ਉਹ ਸਰੋਪਾ ਲੈਂਦੇ ਨੇ। ਇਹ ਨਹੀਂ ਕਿ ਉਹਨਾਂ ਨਹੀਂ ਲੈ ਹੋਣਗੇ, ਲੈ ਵੀ ਹੋਣਗੇ, ਮੱਥੇ ਵੀ ਟਿਕਾਏ ਹੋਣਗੇ, ਪਰ ਮੈਂ ਸਮਝਦਾ ਵੀ ਵੇਖੋ ਬਚਪਨ ਦੇ ਵਿੱਚ ਅਸੀਂ ਸਕੂਲ ਵੀ ਗਏ ਹਾਂ ਅਤੇ ਕੈਂਡੀਆਂ ਦੇ ਲਾਲਚ ਵਿੱਚ ਗਏ ਹਾਂ, ਟੋਫੀਆਂ ਦੇ ਲਾਲਚ, ਚੋਕਲੇਟਾਂ ਦੇ ਲਾਲਚ ਵਿੱਚ ਗਏ ਹਾਂ, ਪਰ ਯੂਨੀਵਰਸਿਟੀਆਂ ਤੱਕ ਸਾਡਾ ਉਹ ਕੈਂਡੀਆਂ ਚੋਕਲੇਟਾਂ ਦਾ ਲਾਲਚ ਮੁੱਕਣਾ ਨਹੀਂ ਚਾਹੀਦਾ। ਕਦੇ ਤਾਂ ਵਿੱਦਿਆ ਦੀ ਸਮਝ ਆਉਣੀ ਚਾਹੀਦੀ ਹੈ ਨਾ, ਐਜੂਕੇਸ਼ਨ ਦੀ ਸਮਝ ਆਉਣੀ ਚਾਹੀਦੀ ਹੈ ਕਿ ਕੈਂਡੀਆਂ ਚੋਕਲੇਟ ਕੀ ਹੁੰਦੇ ਨੇ। ਇਹ ਪੜ੍ਹਾਉਣ ਦੇ ਲਾਲਚ ਲਈ ਤਾਂ ਠੀਕ ਨੇ, ਪਰ ਪੜ੍ਹ ਲਿਖ ਕੇ ਆਦਮੀ ਫਿਰ ਕਵੇ ਜੀ ਮੈਨੂੰ ਤਨਖਾਹ ਰਹਿਣ ਦਿਓ, ਕੈਂਡੀਆਂ ਚੋਕਲੇਟ ਹੀ ਦੇ ਦਿਓ। ਆਖਿਰ ਸਮਾਂ ਪਾ ਕੇ ਤੁਹਾਡੀ ਜੀਵਨ ਦੀ ਅਵਸਥਾ ਉੱਥੇ ਚਲੇ ਜਾਣੀ ਚਾਹੀਦੀ ਹੈ ਜਿੱਥੇ ਇਹ ਇਹ ਸ਼ਬਦ ਵੀ ਛੋਟੇ ਨੇ। ਰੱਬ ਦੇ ਦਿੱਤੇ ਦੇ ਬਰਾਬਰ ਅਸੀਂ ਕੀ ਹਾਂ? ਅਸੀਂ ਕੁਛ ਵੀ ਨਹੀਂ ਹਾਂ। ਰੱਬ ਨੇ ਤਾਂ 5 ਤੱਤ ਇਕੱਠੇ ਕੀਤੇ ਅਤੇ ਬੰਦਾ ਬਣਾ ਤਾ, ਅਤੇ ਬੰਦੇ ਨੂੰ ਅੱਗੋਂ ਏਡਾ ਵੱਡਾ ਪਰਿਵਾਰ, ਏਡਾ ਵੱਡਾ ਸੰਸਾਰ, ਅੱਜ ਕਿੰਨੇ ਮਾਨ ਮਰਤਬੇ ਸਾਰਿਆਂ ਕੋਲ ਨੇ, ਪਰ ਜਿਹਨੇ ਦਿੱਤੇ ਨੇ। ਹੁਣ ਅਸੀਂ ਤੁਸੀਂ ਮਨਮੁੱਖੀ ਨੂੰ ਕਹਿੰਦੇ ਹਾਂ ਤੁਸੀਂ ਮੈਨੂੰ ਵੋਟਾਂ ਨਾ ਪਾਓ, ਮੈਂ ਤੁਹਾਨੂੰ ਮਨਮੁੱਖ ਕਹਿੰਦਾ, ਮੈਂ ਤੁਹਾਨੂੰ ਵੋਟਾਂ ਨਾ ਪਾਵਾਂਗਾ ਤੁਸੀਂ ਮੈਨੂੰ ਮਨਮੁੱਖ ਕਹਿਣ ਲੱਗ ਜਾਓਗੇ। ਗੁਰਬਾਣੀ ਕਹਿੰਦੀ ਨਹੀਂ, ਦਿੱਤੇ ਥਾਵੋਂ ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਏ। ਪੁੱਤਰ ਮਿਲਿਆ, ਪੁੱਤਰ ਧੀਰੇ ਵਰਗਾ, ਅਤੇ ਪੁੱਛੋ ਜਿਸ ਰੱਬ ਨੇ ਦਿੱਤਾ ਉਹ ਪੱਥਰ ਵਰਗਾ ਵੀ ਨਾ ਰਿਹਾ। ਦਿੰਦੇ ਥਾਵੋਂ ਇਹ ਗੁਰਬਾਣੀ ਦੀ ਪੰਕਤੀ ਹੈ, ਲਿਖ ਲਓ। ਜਿਸ ਰੱਬ ਨੇ ਕਾਰ ਦਿੱਤੀ ਉਹ ਕੁਛ ਵੀ ਨਹੀਂ ਹੈ, ਅਤੇ ਕਾਰ ਤਾਂ ਮੇਰੀ ਆ, ਉਹ ਗਿਆਨੀ ਜੀ ਤੁਹਾਨੂੰ ਗੱਡੀ ਵਿਖਾਵਾਂ ਮੈਂ, ਇਹਦੇ 'ਚ ਆਹ ਫੀਚਰ ਵੀ ਹੈ, ਇਹਦੇ 'ਚ ਉਹ ਫੀਚਰ ਵੀ ਹੈ, ਇਹਦੇ 'ਚ ਆਹ ਫੀਚਰ ਵੀ ਹੈ। ਭਾਵ ਜੀ ਨੇ ਤੈਨੂੰ ਦਿੱਤੀ ਉਹਦਾ ਕੋਈ ਫੀਚਰ ਆਉਂਦਾ ਤੈਨੂੰ?
ਆਹ ਮੇਰੀ ਕੋਠੀ ਹੈ ਜੀ, ਇਹਦੇ 'ਚ ਆਹ ਪੱਥਰ ਇਟਾਲੀਅਨ ਹੈ ਜੀ, ਆਹ ਇਹ ਹੈ ਜੀ, ਆਹ ਉਹ ਹੈ ਜੀ। ਮੈਂ ਚੰਡੀਗੜ੍ਹ ਕੋਠੀ ਵੇਖ ਕੇ ਆਇਆ, ਤੁਸੀਂ ਹੈਰਾਨ ਹੋਵੋਗੇ। ਹਰ ਕਮਰੇ ਦਾ ਫਰਨੀਚਰ, ਹਰ ਕਮਰੇ ਦੀ ਦਾ ਪੱਥਰ, ਹਰ ਕਮਰੇ ਦੀ ਟਾਇਲ, ਹਰ ਕਮਰੇ ਦਾ ਬਾਥਰੂਮ, ਹਰ ਕਮਰੇ ਦੀ ਲੌਬੀ ਇੱਕ ਨਾ ਦੂਜੀ ਨਹੀਂ ਰਲਦੀ। ਸੈਕਟਰ 2 ਦੇ ਵਿੱਚ ਕੋਠੀ ਹੈ ਚੰਡੀਗੜ੍ਹ। ਹੁਣ ਪੁੱਛੋ ਵੀ ਇਹ ਤਾਂ ਸਾਰਾ ਕੁਝ ਠੀਕ ਹੈ, ਅਤੇ ਜਿਹਨੇ ਤੈਨੂੰ ਕੋਠੀ ਦਿੱਤੀ ਉਹਦੇ ਬਾਰੇ ਕੀ ਖਿਆਲ ਹੈ ਤੇਰਾ ਬਈ? ਜੇ ਅਸੀਂ ਕਦੇ ਆਹ ਜਿਹੜੀ ਸਵੇਰੇ ਕਲਾਸ ਲੱਗਦੀ ਹੈ ਨਾ ਇੱਕ ਘੰਟਾ, ਮੰਜੀ ਸਾਹਿਬ ਤੋਂ ਵੀ ਲੱਗਦੀ, ਸੀਸਗੜ੍ਹ ਸਾਹਿਬ ਤੋਂ ਵੀ ਲੱਗਦੀ ਹੈ, ਜਿਹੜਾ ਸਕੂਲ ਲਾਗੇ ਪੈਂਦਾ ਉੱਥੇ ਚਲ ਜਾਇਆ ਕਰੋ, ਨਹੀਂ ਤਾਂ ਅੱਜ ਕੱਲ੍ਹ ਔਨਲਾਈਨ ਕਲਾਸਾਂ ਆਉਂਦੀਆਂ, ਉਹਦੇ ਵਾਂਗੂ ਟੀਵੀ ਲਾ ਲਿਆ ਕਰੋ ਵੀ ਕਲਾਸ ਲੱਗਣ ਲੱਗੀ ਹੈ, ਗੁਰਬਾਣੀ ਦੀ ਕਥਾ ਹੋਣੀ ਹੈ, ਟੀਵੀ ਲਾਓ ਬਈ, ਕਰੋ ਬਾਕੀ ਕੰਮ ਬੰਦ, ਕਾਪੀ ਪੈਨ ਲੈ ਕੇ ਬਹਿ ਜਾਓ। ਜਿੱਦਣ ਗੁਰਦੁਆਰੇ ਸਿੱਖਣ ਲਈ ਆਓਗੇ ਉੱਦਣ ਖਾਣ ਪੀਣ ਪਿੱਛੇ ਲੜੋਗੇ ਨਹੀਂ ਤੁਸੀਂ, ਇੱਥੇ ਤਾਂ ਲੜ ਕੇ ਮਰਨ ਲਈ ਤਿਆਰ ਬੈਠੇ ਆਪਾਂ। ਇਹ ਕਲਾਸ ਹੈ ਜਿਹੜੀ ਗੁਰੂ ਆਪ ਲਾਉਂਦਾ, ਇਹ ਗੁਰੂ ਦਾ ਸ਼ਬਦ ਹੈ। ਮੈਂ ਤਾਂ ਜਿੰਨੇ ਕਥਾਵਾਚਕ ਆਉਂਦੇ ਮੈਂ ਸਭ ਨੂੰ ਬੇਨਤੀ ਕਰਦਾ ਵੀ ਸ਼ਬਦ ਵਿਚਾਰ ਦਾ ਵਕਤ ਹੈ, ਅਗਰ ਕੋਈ ਇਤਿਹਾਸਿਕ ਦਿਨ ਵੀ ਹੈ ਤਾਂ ਤੁਸੀਂ ਉਹਦੀ ਵੰਡ ਕਰ ਲਓ। ਤਕਰੀਬਨ ਸਟੇਜ ਅਸੀਂ 41 ਮਿੰਟ 'ਤੇ ਦਿੰਦੇ ਹਾਂ, 48 ਮਿੰਟ ਹੁੰਦੇ ਨੇ, 48 ਵਿੱਚੋਂ 21 ਮਿੰਟ ਤੁਸੀਂ ਆਪਣੇ ਵਾਧੂ ਸਮਾਚਾਰ ਦੇ ਦਿਓ, ਜਿਹੜੇ ਦੇਣੇ ਬੋਲ ਦਿਓ, ਮੈਂ ਉੱਥੇ ਗਿਆ ਜੀ, ਮੈਂ ਉੱਥੇ ਗਿਆ ਜੀ, ਮੈਂ ਉੱਥੇ ਕਾਂ ਫੜਿਆ ਜੀ, ਮੈਂ ਉੱਥੇ ਚਿੜੀ ਫੜੀ, ਸੁਣਾ ਲਓ ਜੋ ਸੁਣਾਉਣਾ ਹੈ। 48 ਮਿੰਟ ਨੇ ਤੁਹਾਡੇ ਕੋਲ, ਕੀ ਖਾ ਲਓ ਉਹਦੇ 'ਚੋਂ, ਬਾਕੀ ਕਿੰਨੇ ਬਚੇ? 27 ਹੈਗੇ ਨਾ, 27 ਤਾਂ ਗੁਰੂ ਦੇ ਸ਼ਬਦ ਹੀ ਵਿਚਾਰ ਸੁਣਾ ਦਿਓ, ਉਹਦੇ 'ਚ ਫਿਰ ਕੋਈ ਨਾ ਕੋਈ ਹੋਰ ਸਾਖੀ ਕੱਢ ਲੈਣਗੇ। ਇਹ ਸਮਾਂ ਸ਼ਬਦ ਵਿਚਾਰ ਦਾ, ਸੁੱਖ ਹੋਏਗਾ, ਸਹਿਜ ਹੋਏਗਾ, ਆਨੰਦ ਹੋਏਗਾ, ਉਹਨਾਂ ਗੁਰਮੁਖਾਂ ਦੇ ਨਾਲ ਹੋਏਗਾ, ਉਹਨਾਂ ਗੁਰਮੁਖਾਂ ਵਰਗਾ ਕੋਈ ਦਾਤਾ ਨਹੀਂ ਹੋਏਗਾ। ਹੁਣ ਤੁਸੀਂ ਵੇਖੋ ਨਾ, ਤੁਹਾਡੀ ਜ਼ਿੰਦਗੀ ਵਿੱਚ ਜੋ ਕੁਝ ਤੁਹਾਨੂੰ ਤੁਹਾਡੇ ਪ੍ਰੋਫੈਸਰ ਨੇ ਦਿੱਤਾ, ਜੋ ਟੀਚਰ ਨੇ ਦਿੱਤਾ, ਜੋ ਮਾਸਟਰ ਨੇ ਦਿੱਤਾ, ਕਿਹੜੀ ਦੁਨੀਆ ਦੀ ਵੱਡੀ ਤੋਂ ਵੱਡੀ ਮਲਟੀਨੈਸ਼ਨਲ ਕੰਪਨੀ ਹੈ ਜਿਹੜੀ ਤੁਹਾਨੂੰ ਦੇ ਸਕਦੀ ਹੈ, ਬੜੇ ਬੜੇ ਵਧੀਆ ਪ੍ਰੋਡਕਟ ਨੇ ਉਹਨਾਂ ਦੇ, ਤੁਸੀਂ ਲੈ ਲਓਗੇ, ਘਰ 'ਚ ਸਜਾਓਗੇ, ਸ਼ਾਨੋ ਸ਼ੌਕਤ ਬਣੇਗੀ, ਪਰ ਇਹ ਸਾਰੀਆਂ ਚੀਜ਼ਾਂ ਲੈਣ ਦੇ ਲਾਇਕ ਕਿਹਨੇ ਬਣਾਇਆ? ਜਿਨ੍ਹਾਂ ਨੇ ਤੁਹਾਨੂੰ ਤਾਲੀਮ ਦਿੱਤੀ ਹੈ, ਜਿਨ੍ਹਾਂ ਨੇ ਤੁਹਾਨੂੰ ਸਕੂਲਾਂ 'ਚ ਪੜ੍ਹਾਇਆ, ਜਿਨ੍ਹਾਂ ਨੇ ਕਾਲਜਾਂ ਵਿੱਚ ਪੜ੍ਹਾਇਆ, ਜਿਨ੍ਹਾਂ ਨੇ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ, ਉਹਨਾਂ ਵਰਗਾ ਦਾਤਾ ਕੋਈ ਵੀ ਨਹੀਂ ਹੈ। ਗੁਰੂ ਵਰਗਾ ਦਾਤਾ ਕੌਣ ਹੈ? ਅਤੇ ਰੱਬ ਤੋਂ ਵੱਡਾ ਦਾਤਾ ਵੀ ਕੋਈ ਨਹੀਂ ਹੈ। ਉਹ ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਜਿਹਦੇ ਬਣਾਏ ਦਿਨ ਵਿੱਚ ਅਤੇ ਜਿਹਦੀ ਬਣਾਈ ਰਾਤ ਵਿੱਚ ਤੁਸੀਂ ਜਿਉਂਦੇ ਹੋ, ਕਦੇ ਉਹਦਾ ਨਾਂ ਵੀ ਲਿਆ? ਕੋਈ ਮੜੀਆਂ ਵਾਲੇ ਦੀ ਪੂਜਾ ਕਰੀ ਜਾਂਦਾ, ਕੋਈ ਕਬਰਾਂ ਵਾਲੇ ਦੀ ਪੂਜਾ ਕਰੀ ਜਾਂਦਾ, ਕੋਈ ਜੰਡੀਆਂ ਦੀ, ਕੋਈ ਪਿੱਪਲਾਂ ਦੀ, ਕੋਈ ਕਿੱਕਰਾਂ ਦੀ। ਗੁਰੂ ਜੀ ਸਿਰਫ ਸਾਨੂੰ ਇੰਨੀ ਗੱਲ ਹੀ ਕਹਿੰਦੇ, ਭਾਈ ਤੂੰ ਰੱਬ ਦਾ ਸ਼ੁਕਰ ਕਰਿਆ ਕਰ, ਵਡਿਆਈ ਸਿਰਫ ਰੱਬ ਦੀ ਹੈ, ਬਾਕੀ ਕਿਸੇ ਦੀ ਕੋਈ ਵਡਿਆਈ ਨਹੀਂ ਹੈ।
ਸਾਰੀਆਂ ਵਡਿਆਈਆਂ ਦਾ ਮਾਲਕ ਉਹ ਪਰਮੇਸ਼ਰ ਪਰਮਾਤਮਾ ਆਪ ਹੀ ਹੈ। ਜੇ ਤੁਹਾਨੂੰ ਮਾਂ ਚੰਗੀ ਮਿਲੀ, ਆਪਾਂ ਕਹਿੰਦੇ ਮੇਰੀ ਮਾਂ ਬਹੁਤ ਚੰਗੀ ਸੀ, ਅਤੇ ਅਸੀਂ ਮਾਂ ਤੈਨੂੰ ਦਿੱਤੀ ਕਿੰਨੇ, ਮਾੜੀਆਂ ਮਾਵਾਂ ਵੀ ਤਾਂ ਹੈਗੀਆਂ ਧਰਤੀ 'ਤੇ। ਤੂੰ ਕਹਿੰਦਾ ਜੀ ਮੇਰੇ ਪਿਤਾ ਰੱਬ ਵਰਗੇ ਸੀ, ਇੱਥੇ ਹਰਨਾਕਸ਼ ਵਰਗੇ ਵੀ ਪਿਤਾ ਹੈਗੇ ਨੇ। ਜੇ ਤੈਨੂੰ ਚੰਗਾ ਪਿਤਾ ਮਿਲਿਆ ਤਾਂ ਦਿੱਤਾ ਕਿੰਨੇ, ਕਿ ਮੇਰੀ ਘਰਵਾਲੀ ਬੜੀ ਚੰਗੀ ਹੈ ਜੀ, ਤੇਰੀ ਘਰਵਾਲੀ ਤੈਨੂੰ ਦਿੱਤੀ ਕਿੰਨੇ ਹੈ। ਐਸੀਆਂ ਘਰਵਾਲੀਆਂ ਵੀ ਤਾਂ ਹੈਗੀਆਂ ਨਾ, ਤਿੰਨਾਂ ਮਹੀਨਿਆਂ ਬਾਅਦ ਕੋਰਟ ਲੈ ਜਾਂਦੀਆਂ ਨੇ। ਮੇਰੇ ਬੱਚੇ ਬੜੇ ਚੰਗੇ ਨੇ, ਤੇਰੇ ਬੱਚੇ ਤੈਨੂੰ ਚੰਗੇ ਬੱਚੇ ਕਿਹਨੂੰ ਦਿੱਤੇ ਨੇ? ਇੱਥੇ ਪ੍ਰਿਥੀ ਚੰਦ ਵਰਗੇ, ਧੀਰਮੱਲ ਵਰਗੇ, ਰਾਮ ਰਾਏ ਵਰਗੇ ਬੱਚੇ ਗੁਰੂਆਂ ਦੇ ਘਰ 'ਚ ਪੈਦਾ ਹੋਏ ਨੇ। ਆ ਦੁਨੀਆਂ ਦੇ ਵਿੱਚ ਜਿੰਨੇ ਆ ਗੈਂਗਸਟਰ ਨੇ, ਕਿਸੇ ਨਾ ਕਿਸੇ ਦੇ ਬੱਚੇ ਹੀ ਨੇ। ਆਖਰ ਵੀ ਤਾਂ ਕਿਸੇ ਦੇ ਬੱਚੇ ਹੀ ਨੇ, ਫੇ ਦਰਖਤਾਂ ਤੋਂ ਤਾਂ ਲੱਗੇ ਨਹੀਂ ਗਏ। ਪਰ ਜਿਨ੍ਹਾਂ ਮਾਂ ਬਾਪਾਂ ਨੂੰ ਇਹ ਬੱਚੇ ਮਿਲੇ ਨੇ, ਅਤੇ ਸਾਨੂੰ ਸ਼ੁਕਰ ਨਹੀਂ ਕਰਨਾ ਚਾਹੀਦਾ ਵੀ ਰੱਬ ਨੇ ਸਾਨੂੰ ਇੱਦਾਂ ਦੇ ਨਹੀਂ ਦਿੱਤੇ, ਸਾਨੂੰ ਦੂਜੀ ਤਰ੍ਹਾਂ ਦੇ ਦਿੱਤੇ ਨੇ ਜਿਹੜੇ ਸਵੇਰੇ ਉੱਠ ਕੇ ਮੱਥਾ ਟੇਕਦੇ ਨੇ? ਉਹ ਕਿੰਨੇ ਦਿੱਤੇ ਨੇ? ਇਹ ਬੱਚੇ ਸਾਨੂੰ ਪਰਮਾਤਮਾ ਨੇ ਦਿੱਤੇ ਨੇ। ਜੀਵਨ ਦਾ ਆਧਾਰ ਪਰਮਾਤਮਾ ਨੂੰ ਬਣਾ ਲਓ। ਆਪਾਂ ਕਹਿੰਦੇ ਨਾ ਵੀ ਮੈਂ ਸ਼ੁਕਰ ਕਿਵੇਂ ਕਰਾਂ ਜੀ, ਸ਼ੁਕਰ ਦਾ ਤਰੀਕਾ ਕੀ ਹੈ ਜੀ? ਸ਼ੁਕਰ ਦਾ ਕੋਈ ਤਰੀਕਾ ਹੈ ਹੀ ਨਹੀਂ। ਸ਼ੁਕਰ ਦਾ ਤਾਂ ਤੈਨੂੰ ਕਰਨ ਦੇ ਵਾਸਤੇ ਤੇਰੇ ਕੋਲ ਫੁਰਸਤ ਹੀ ਨਹੀਂ ਹੈ। ਤੇਰਾ ਤਾਂ ਜ਼ਿੰਦਗੀ ਤੇਰੀ ਰਹਿੰਦੀ ਸ਼ੁਕਰ ਵਿੱਚ ਹੈ। ਉਹ ਪਤਾ ਨਹੀਂ ਕਿਸੇ ਨੇ ਗੀਤ ਗਾਇਆ ਮੇਰੇ ਖਿਆਲ, ਸ਼ੁਕਰ ਦਾਤੇ ਆ, ਸ਼ੁਕਰ ਦਾਤੇ ਆ, ਸ਼ੁਕਰ ਦਾਤੇ ਆ। ਗਲਤ ਠੀਕ ਹੈ, ਹਰ ਘੜੀ ਉਹਦੇ ਸ਼ੁਕਰ ਵਿੱਚ ਹੈ, ਹਰ ਚੀਜ਼ ਉਹਦੇ ਸ਼ੁਕਰ ਵਿੱਚ ਹੈ, ਹਰ ਇੱਜ਼ਤ ਮਾਣ ਇਹ ਸਭ ਉਹਦੇ ਸ਼ੁਕਰ ਵਿੱਚ ਹੈ। ਕਿਉਂਕਿ ਚੇਤਾ ਰੱਖਣਾ ਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ ਕਰਾ ਜਾਂਦਾ। ਜੇ ਉਹ ਥੋੜ੍ਹੀ ਜਿਹੀ ਨਜ਼ਰ ਕਿਤੇ ਆਪਣੀ ਪੁੱਠੀ ਕਰੇ ਨਾ, ਤਾਂ ਵੱਡੇ ਵੱਡੇ ਰਾਜੇ ਘਾ ਖੋਤਣ ਲਾ ਦਿੰਦਾ ਉਹ। ਆਪਾਂ ਜਿਨ੍ਹਾਂ ਦੀ ਵਡਿਆਈ ਪਿੱਛੇ ਮੈਂ ਕਹਿੰਦਾ ਜਿਹੜੇ ਮੇਰੇ ਨਾਲ ਵੀ ਲੜ ਕੇ ਮਰਨ ਲਈ ਤਿਆਰ ਬੈਠੇ ਨੇ, ਪਤਾ ਕਰੋ ਵੀ ਉਹ ਕਰੋਨੇ 'ਚ ਕਿੱਥੇ ਸੀਗੇ, ਉਹ ਮਹਾਂਪੁਰਖ ਕਿੱਥੇ ਸੀਗੇ, ਉਹ ਕਿਸੇ ਨੇ ਬਾਂਹ ਫੜੀ ਕਿਸੇ ਦੀ? ਮੈਂ ਤਾਂ ਉਦੋਂ ਵੀ ਕਹਿੰਦਾ ਸੀ, ਹੁਣ ਵੀ ਕਹਿੰਦਾ ਕਿ ਕੋਰੋਨੇ ਦੇ ਵਿੱਚ ਸਭ ਤੋਂ ਵੱਧ ਖਤਰਾ ਇਹ ਮੱਥਾ ਟਿਕਾਉਣ ਵਾਲਿਆਂ ਨੂੰ ਸੀ, ਕਿਉਂਕਿ ਜੇ ਕੋਈ ਮੱਥਾ ਨਹੀਂ ਟੇਕਦਾ ਤਾਂ ਬਾਬਾ ਜੀ ਦੀ ਗੱਦੀ ਜਾਂਦੀ ਹੈ, ਅਤੇ ਜੇ ਕੋਈ ਮੱਥਾ ਟੇਕਦਾ ਸੀ ਤਾਂ ਬਾਬਾ ਜੀ ਖੁਦ ਹੀ ਜਾਂਦੇ ਸੀ। ਉਦੋਂ ਇਹ ਸੀ ਨਾ ਵੀ ਡਿਸਟੈਂਸ ਰੱਖੋ, ਪਰੇ ਰਹੋ। ਉਦੋਂ ਨਹੀਂ ਕਿਸੇ ਨੇ ਪੈਰੀਂ ਹੱਥ ਲਵਾਏ। ਪੁੱਛੋ ਉਦੋਂ ਬਾਬੇ ਕਿਵੇਂ ਜਿਉਂਦੇ ਰਹੇ ਅਤੇ ਆਪਾਂ ਵੀ ਕਿਵੇਂ ਜਿਉਂਦੇ ਰਹੇ ਬਿਨਾਂ ਹੱਥ ਲਾਇਓ? ਭਾਈ ਪਤਾ ਨਹੀਂ, ਸ਼ਾਇਦ ਰੱਬ ਨੇ ਸਾਨੂੰ ਇਹ ਇੱਕ ਇਮਤਿਹਾਨ 'ਚ ਵਿੱਚੋਂ ਕੱਢਿਆ ਕਿ ਜੇ ਇਹਨਾਂ ਦਿਨਾਂ ਦੇ ਵਿੱਚ, ਇੰਨੇ ਸਮੇਂ ਦੇ ਵਿੱਚ ਤੁਸੀਂ ਹੋਟਲਾਂ 'ਚ ਨਹੀਂ ਗਏ, ਤੁਸੀਂ ਪਾਰਟੀਆਂ ਨਹੀਂ ਕੀਤੀਆਂ, ਤੁਸੀਂ ਵਿਸ਼ੇ ਵਕਾਰ ਨਹੀਂ ਕੀਤੇ, ਤੁਸੀਂ ਦੁਨੀਆਂ ਦੀ ਐਸ਼ ਪ੍ਰਸਤੀ ਨਹੀਂ ਕੀਤੀ, ਜੇ ਤੁਸੀਂ ਇਸ ਤਰ੍ਹਾਂ ਸਾਦਾ ਭੋਜਨ ਖਾਧਾ ਅਤੇ ਨਹੀਂ ਮਰੇ, ਅੱਗੋਂ ਕਿਵੇਂ ਮਰ ਜਾਓਗੇ ਤੁਸੀਂ? ਮੈਂ ਇੱਕ ਮੁਸਲਮਾਨ ਨੂੰ ਪੁੱਛਿਆ ਵੀ ਰੋਜ਼ੇ ਦਾ ਮਤਲਬ ਕੀ ਹੈ? ਉਹ ਕਹਿੰਦਾ ਰੋਜ਼ੇ ਦਾ ਮਤਲਬ ਹੀ ਹੈ ਵੀ ਅੱਲਾਹ ਤਾਲਾ ਕਹਿੰਦਾ ਵੀ ਜੇ 30 ਦਿਨ ਤੂੰ ਝੂਠ ਨਹੀਂ ਬੋਲਿਆ। ਉਹ ਕਹਿੰਦੇ ਰੋਜ਼ੇ ਰੱਖਣ ਦਾ ਅਰਥ ਇਹ ਨਹੀਂ ਹੁੰਦਾ ਵੀ ਦਿਨੇ ਖਾਣਾ ਨਹੀਂ ਹੈ। 30 ਦਿਨ ਕਹਿੰਦੇ ਕੋਈ ਮਾੜਾ ਕਰਮ ਨਹੀਂ ਕਰਨਾ, ਅਤੇ ਅੱਲਾਹ ਤਾਲਾ ਕਹਿੰਦਾ ਵੀ ਜੇ 30 ਦਿਨ ਬਚ ਗਿਆ
ਤੇ ਇਹ ਤੂੰ ਕਿਵੇਂ ਸੋਚ ਲਿਆ ਵੀ 31ਵੇਂ ਦਿਨ ਮਰ ਜਾਵਾਂਗਾ ਜੇ ਮੈਂ ਸ਼ਰਾਬ ਨਾ ਪੀਤੀ ਤਾਂ, ਜੇ ਮੈਂ ਝੂਠ ਨਾ ਬੋਲਿਆ ਤੇ, ਜੇ ਮੈਂ ਬੇਈਮਾਨੀ ਨਾ ਕੀਤੀ ਤੇ ਮੇਰੇ ਘਰ ਰੋਟੀ ਨਹੀਂ ਪੱਕੇਗੀ, 30 ਦਿਨ ਕਿਵੇਂ ਪੱਕੀ ਤੇਰੇ ਘਰ 'ਚ? 30 ਦਿਨ ਤੈਨੂੰ ਅੱਲਾ ਨੇ ਇਸ ਕਰਕੇ ਸਾਲ 'ਚ ਦਿੱਤੇ ਨੇ ਕਿ ਹਰ ਸਾਲ ਇੱਕ ਤਜਰਬਾ ਕਰ ਵੀ ਮੈਂ ਜਿਉਂਦਾ ਰਹਿ ਸਕਦਾ 30 ਦਿਨ ਮਾੜੇ ਬੋਲਣ ਤੋਂ ਬਿਨਾਂ, ਮਾੜਾ ਕਰਨ ਤੋਂ ਬਿਨਾਂ, ਮਾੜਾ ਖਾਣ ਤੋਂ ਬਿਨਾਂ, ਤਾਂ ਫਿਰ ਬਾਕੀ 11 ਮਹੀਨੇ ਤੂੰ ਕਿਉਂ ਨਹੀਂ ਜਿਉਂਦਾ ਰਹਿ ਸਕਦਾ? ਸ਼ਾਇਦ ਪਤਾ ਨਹੀਂ ਰੱਬ ਨੇ ਕਰੋਨਾ ਇਸੇ ਕਰਕੇ ਘੱਲਿਆ ਸੀ ਵੀ ਇੱਕ ਵਾਰੀ ਘਰ ਬਹਿ ਕੇ ਵੇਖ ਲਓ ਭਾਈ ਜ਼ਿੰਦਗੀ ਤੁਹਾਡੀ ਠੀਕ ਰਹਿ ਸਕਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਕਿ ਉਨਕੀ ਸ਼ਰਨ ਪਰੇ ਸੋ ਤਰਿਆ ਸੰਤ ਸੰਗ ਪੂਰਨ ਆਸਾ। ਉਹਨਾਂ ਦੀ ਸ਼ਰਨ ਵਿੱਚ ਵੀ ਜਾਓਗੇ ਨਾ ਤੁਸੀਂ, ਉਹ ਕੀ ਕਰਦੇ ਨੇ, ਜਿੰਨੇ ਜੀਵ ਉਹਨਾਂ ਕੋਲ ਜਾਂਦੇ ਨੇ ਰੱਬ ਦੇ ਪਿਆਰਿਆਂ ਕੋਲ, ਉਹ ਕਿਸੇ ਨੂੰ ਆਪਣੇ ਨਾਲ ਨਹੀਂ ਜੋੜਦੇ। ਇਸੇ ਕਰਕੇ ਕਿਹਾ ਸੀ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਚੋ ਦਾਤਾ ਮੁਕਤ ਕੋ ਸੰਤ ਜਪਾਵੈ। ਸੰਤ ਹੈ ਹੀ ਉਹ ਜਿਹੜਾ ਤੁਹਾਨੂੰ ਪਰਮਾਤਮਾ ਦੇ ਨਾਮ ਨਾਲ ਜੋੜੇ। ਮੈਨੂੰ ਕਈ ਬੰਦੇ ਮਿਲਦੇ ਨੇ, ਅਸੀਂ ਬਾਬਾ ਹਰਬੰਸ ਤੋਂ ਅਰਦਾਸ ਕਰਾਈ, ਮੈਂ ਕਿਹਾ ਮੈਂ ਤਾਂ ਨਹੀਂ ਮੰਨਦਾ। ਉਹ ਕਹਿੰਦੇ ਹੁੰਦੇ ਸੀ ਭਾਈ ਅਰਦਾਸਾਂ ਕਰਨਾ ਗ੍ਰੰਥੀ ਸਿੰਘਾਂ ਦਾ ਕੰਮ ਹੈ, ਜਾਂ ਉੱਥੇ ਬੰਗਲਾ ਸਾਹਿਬ ਕਰਾ ਲਓ ਜਾ ਕੇ, ਨਾਨਕ ਪਿਓ ਸਾਹਿਬ ਕਰਾ ਲਓ ਜਾ ਕੇ, ਸੀਸਗੜ੍ਹ ਸਾਹਿਬ ਕਰਾ ਲਓ ਜਾ ਕੇ, ਬਾਬਾ ਜੀ ਕੁਛ ਕਰੋ ਕਹਿੰਦੇ ਨਾਮ ਜਪਿਆ ਕਰੋ। ਉਹ ਆਪ ਵੀ ਨਾਮ ਜਪਦੇ ਸੀ, ਦੂਜਿਆਂ ਨੂੰ ਵੀ ਕਹਿੰਦੇ ਸੀ ਨਾਮ ਜਪੋ। ਸੁਣਿਆ ਕਦੇ ਬਾਬਾ ਹਰਬੰਸ ਸਿੰਘ ਤੁਹਾਨੂੰ ਕੁਛ ਦਿੱਤਾ ਹੋਵੇ? ਸਾਰਿਆਂ ਤੋਂ ਵੱਡੇ ਕਾਰ ਸੇਵਾ ਦੇ ਮਹਾਂਪੁਰਖ ਹੋਏ ਨੇ ਮੇਰੀ ਆਪਣੀ ਜ਼ਿੰਦਗੀ 'ਚ, ਉਸ ਤੋਂ ਪਹਿਲਾਂ ਹੋਏ ਹੋਣਗੇ, ਮੈਂ ਨਹੀਂ ਦਰਸ਼ਨ ਕੀਤੇ, ਉਸ ਤੋਂ ਬਾਅਦ ਵੀ ਹੋਣਗੇ, ਪਤਾ ਨਹੀਂ ਸ਼ਾਇਦ ਮੈਂ ਦਰਸ਼ਨ ਨਾ ਕਰ ਸਕਾਂ। ਪਰ ਜਿੰਨੇ ਕੁ ਮਹਾਂਪੁਰਖਾਂ ਦੇ ਮੈਂ ਦਰਸ਼ਨ ਕੀਤੇ ਨੇ, ਕਮਾਲ ਸੀ। ਮੈਨੂੰ ਕਿਸੇ ਨੇ ਉਹ ਜੈਕਟ ਦੇ ਦਿੱਤੀ ਜਿਹੜੀ ਉਹ ਬੱਚੇ ਪਾਉਂਦੇ ਨੇ, ਮੈਂ ਸੀਸਗਾ ਸਾਹਿਬ ਮੇਰੀ ਸੇਵਾ ਸੀ, ਮੈਨੂੰ ਕਹਿੰਦੇ ਨਹੀਂ ਪਾਉਣੀ, ਇਹ ਗਿਆਨੀਆਂ ਨੂੰ ਸ਼ੋਭਾ ਨਹੀਂ ਦਿੰਦੀ, ਜਿਹੜੀ ਉਹ ਫੈਂਸੀ ਜੀ ਹੁੰਦੀ ਹੈ, ਨਹੀਂ ਤੁਸੀਂ ਜਿਹੜਾ ਤੁਹਾਡਾ ਲਿਬਾਸ ਹੈ ਤੁਸੀਂ ਉਹੀ ਪਾਉਣਾ ਹੈ। ਕੌਣ ਮਿਲੇਗਾ ਜਿਹੜਾ ਤੁਹਾਨੂੰ ਇੱਦਾਂ ਮਾਂ ਪਿਓ ਵਾਂਗੂ ਟੋਕੇਗਾ ਤੁਹਾਨੂੰ? ਇਹ ਤਾਂ ਸਾਰੇ ਹੀ ਕਹੀ ਜਾਂਦੇ ਬੱਲੇ ਬੱਲੇ ਗਿਆਨੀ ਜੀ, ਬੱਲੇ ਬੱਲੇ ਗਿਆਨੀ ਜੀ, ਗਿਆਨੀ ਜੀ ਹੋਰ ਤਾਂ ਚੜ੍ਹ ਜਾਂਦੇ ਨੇ। ਕੋਈ ਹੈ ਜਿਹੜਾ ਤੁਹਾਨੂੰ ਇਹ ਵੀ ਕਹਿ ਸਕੇ ਕਿ ਇੱਥੇ ਭਾਈ ਤੇਰੀ ਗਲਤੀ ਹੈ, ਇਹਨੂੰ ਸੁਧਾਰ? ਸੰਤ ਮਹਾਂਪੁਰਖ ਹੁੰਦੇ ਹੀ ਉਹ ਨੇ ਜਿਹੜੇ ਸਾਨੂੰ ਸੁਧਾਰਦੇ ਨੇ, ਜਿਹੜੇ ਸਾਨੂੰ ਤਰਾਸ਼ਦੇ ਨੇ। ਤਾਂ ਕਿ ਚਰਨ ਪਰੋਂ ਤਾਂ ਜੀਵਾਂ ਜਨ ਕੈ ਸੰਗ ਨਿਹਾਲਾ, ਉਹਨਾਂ ਦੀ ਸ਼ਰਨ ਵਿੱਚ ਜਾਈਏ ਅਤੇ ਜੀਵਨ ਮਿਲਦਾ, ਉਹਨਾਂ ਦੇ ਨਾਲ ਰਹੀਏ ਅਤੇ ਪ੍ਰਸੰਨ ਹੋਈਦਾ, ਨਿਹਾਲ ਹੋਈਦਾ। ਭਗਤਨ ਕੀ ਰੇਣ ਹੋਏ ਮਨ ਮੇਰਾ, ਹੋਹੋ ਪ੍ਰਭੂ ਕਿਰਪਾਲਾ। ਪਰਮਾਤਮਾ ਮੇਰੇ 'ਤੇ ਕਿਰਪਾ ਕਰ, ਮੈਂ ਚਾਹੁੰਦਾ ਮੈਂ ਤੇਰੇ ਪਿਆਰਿਆਂ ਦੀ ਚਰਨਾਂ ਦੀ ਧੂੜੀ ਵਿੱਚ ਰਵਾਂ। ਰਾਜ ਜੋਬਨ ਅਵਧ ਜੋ ਦੀਸੈ ਸਭ ਕਿਛ ਯੁਗ ਮੈਂ ਘਾਟਿਆ। ਜੋ ਕੁਝ ਤੁਸੀਂ ਵੇਖ ਰਹੇ ਉਮਰ ਇਹ ਵੀ ਘੱਟ ਰਹੀ ਹੈ। ਜੇ ਰਾਜ ਹੈ ਤੁਹਾਡੇ ਕੋਲ ਕੋਈ ਮਾਣ ਪਦਵੀ ਹੈ, ਮੰਨ ਲਓ ਇੱਕ ਬੰਦਾ ਪਰ 5 ਸਾਲ ਲਈ ਮੁੱਖ ਮੰਤਰੀ ਬਣਿਆ, ਅਤੇ 5 ਸਾਲਾਂ ਦੇ ਦਿਨ ਗਿਣ ਲਓ, ਅਗਲੇ ਦਿਨ ਇੱਕ ਦਿਨ ਘੱਟ ਜਾਏਗਾ, ਉਦੋਂ 2 ਦਿਨਾਂ ਬਾਅਦ ਇੱਕ ਦਿਨ ਹੋਰ ਘੱਟ ਜਾਏਗਾ, ਮਹੀਨੇ ਬਾਅਦ ਉਹ ਕਹੇਗਾ ਕਿ ਮੇਰੇ 'ਤੇ 4 ਸਾਲ 11 ਮਹੀਨੇ ਰਹਿ ਗਏ ਜੀ। ਹਰ ਚੀਜ਼ ਘੱਟਦੀ ਹੈ।
ਨਾਮ ਨਿਧਾਨ ਸਦ ਨਵਤਨ ਨਿਰਮਲ ਇਹ ਨਾਨਕ ਹਰ ਧਨ ਖਾਟਿਆ। ਪਰਮਾਤਮਾ ਦਾ ਜਿਹੜਾ ਨਾਮ ਦਾ ਖਜ਼ਾਨਾ ਹੈ ਇਹ ਸਦਾ ਹੀ ਨਵਤਨ ਹੈ, ਨਵਤਨ ਦਾ ਅਰਥ ਹੁੰਦਾ ਨਵਾਂ, ਇਹ ਸਦਾ ਹੀ ਨਿਰਮਲ ਹੈ, ਇਹ ਪਵਿੱਤਰ ਹੈ। ਇਸ ਧਨ ਦੇ ਵਿੱਚ ਕਦੇ ਕੁਛ ਘਾਟਾ ਨਹੀਂ ਹੈ, ਕੋਈ ਡਰ ਨਹੀਂ ਹੈ, ਇਹ ਇੰਨਾ ਪਵਿੱਤਰ ਹੈ, ਇਹਦੇ ਵਿੱਚ ਤੁਹਾਨੂੰ ਸਾਰੇ ਜ਼ਿੰਦਗੀ ਦੇ ਸੁੱਖ, ਜੀਵਨ ਦੀਆਂ ਖੁਸ਼ੀਆਂ, ਮਹਾਰਾਜ ਦੀਆਂ ਬਖਸ਼ਿਸ਼ਾਂ ਤੁਹਾਨੂੰ ਪ੍ਰਾਪਤ ਹੋਣਗੀਆਂ। ਸੱਚੇ ਪਾਤਸ਼ਾਹ ਮਿਹਰ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵੱਸ ਜਾਏ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਮੇਰੇ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ, ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ।